ਸਤਿ ਸ੍ਰੀ ਅਕਾਲ ਸਲਾਮ ਨਮਸਤੇ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਦੋਸਤੋ ਆ ਬਾਈ ਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਦੋਨੇ ਜਣੇ ਠੀਕ ਠਾਕ ਆ ਰੱਬ ਦੀ ਕਿਰਪਾ ਨਾਲ ਅਰਜੀ ਇਕੱਠੀ ਕੀਤੀ ਆ ਕਿ ਚਲੋ ਅੱਜ ਤੁਹਾਡੇ ਰੂਬਰੂ ਹੁੰਨੇ ਆ ਕੁਝ ਪਲ ਤੁਹਾਡੇ ਨਾਲ ਗੁਜ਼ਾਰਦੇ ਆ ਸ਼ਾਮ ਦੇ ਜਸਪਾਲ ਨੇ ਤੇ ਫਿਰ ਕੰਮ ਤੇ ਜਾਣਾ ਮੈਂ ਤੇ ਚਲੋ ਆਫ ਆ ਤੇ ਜਾਨੂ ਅੱਜ ਮੇਰਾ ਟੌਪਿਕ ਹੈਗਾ ਕਿ ਤੁਸੀਂ ਆਪਣਾ ਲਾਈਫ ਪਾਰਟਨਰ ਇੱਥੇ ਆ ਕੇ ਕਿਵੇਂ ਲੱਭਿਆ ਸੀ ਹਾਂਜੀ ਤੁਸੀਂ ਗੱਲ ਕਰਦੇ ਹੁੰਦੇ ਸੀਗੇ ਕਿ ਤੁਹਾਡੇ ਜਿਹੜੀਆਂ ਦੋਸਤ ਆ ਉਹ ਪੁੱਛਦੀਆਂ ਬਾਰ-ਬਾਰ ਕੁਐਸਚਨ ਵੀ ਤੁਸੀਂ ਕਿੱਦਾਂ ਮਿਲੇ ਸੀ ਹਾਂਜੀ ਤਾਂ ਚਲੋ ਤੇ ਦੱਸਣਾ ਸਾਡਾ ਫਰਜ਼ ਵੀ ਬਣਦਾ ਤੇ ਮਿਲਣ ਮਲਾਉਣ ਦਾ ਤੇ ਦੋਸਤੋਂ ਇਦਾਂ ਆ ਕਿ ਇਹ ਸਾਰੀਆਂ ਪ੍ਰਮਾਤਮਾ ਦੀਆਂ ਖੇਡਾਂ ਆ ਤਸਜੋਗ ਹੁੰਦੇ ਆ ਜਿੱਥੇ ਉਹਨੇ ਮਿਲਣਾ ਹੋਣਾ ਉੱਥੇ ਹੀ ਹੁੰਦਾ ਜੇ ਤੋੜ ਵਿਛੋੜ ਕੇ ਵੀ ਹੋਣਾ ਹੁੰਦਾ ਉਹ ਸਭ ਕੁਝ ਉਹ ਜਰੀਆ ਇੱਕ ਕੋਈ ਨਾ ਕੋਈ ਬਣਦਾ ਪਰ ਉਹ ਪ੍ਰਮਾਤਮਾ ਨੇ ਲਿਖਿਆ ਹੀ ਹੁੰਦਾ ਕੁਛ ਨਾ ਕੁਛ ਜਿੱਦਾਂ ਵੀ ਕੋਈ ਚੀਜ਼ ਹੋਣੀ ਆ ਹਰ ਇੱਕ ਹਿਸਾਬ ਕਿਤਾਬ ਉਹ ਦੇਣਾ ਹੀ ਪੈਂਦਾ ਇਸ ਧਰਤੀ ਤੇ ਇਦਾਂ ਹੀ ਜਿਹੜਾ ਮਿਲਣ ਮਲਾਉਣ ਦਾ ਸਹਿਯੋਗ ਵੀ ਉਹ ਪਰਮਾਤਮਾ ਨੇ ਸਾਡਾ ਲਿਖਿਆ ਹੀ ਹੋਣਾ ਕਿਤੇ ਤੇ ਦੋਸਤੋ ਆ ਬੜੀ ਮਜ਼ੇਦਾਰ ਗੱਲ ਆ ਕਿ ਐ ਜਦੋਂ ਅਸੀਂ ਮਿਲੇ ਆ ਤੇ ਉਹ ਤੋਂ ਪਹਿਲਾਂ ਤਾਂ ਮੈਂ ਸੋਚਿਆ ਹੀ ਨਹੀਂ ਸੀ ਵੀ ਕਦੇ ਇੱਕ ਦੂਜੇ ਨੂੰ ਮਿਲਾਂਗੇ ਜਾਂ ਕੋਈ ਇਹ ਕਾਰਜ ਕਰਾਂਗੇ ਮੇਰੇ ਬਿਲਕੁਲ ਮਨ ਦੇ ਵਿੱਚ ਨਹੀਂ ਸੀ ਕਿਉਂਕਿ ਮੇਰੇ ਕੋਲ ਦੋ ਬੱਚੇ ਸੀਗੇ ਔਰ ਬੜੇ ਪਿਆਰੇ ਬੱਚੇ ਸੀ ਬਹੁਤ ਪਿਆਰ ਕਰਦੇ ਸੀ ਬਾਕੀ ਫੈਮਿਲੀ ਵੀ ਅਸੀਂ ਇਕੱਠੇ ਰਹਿ ਰਹੇ ਸੀਗੇ ਤੇ ਮੈਨੂੰ ਕਦੀ ਇਦਾਂ ਫੀਲ ਨਹੀਂ ਸੀ ਹੋਇਆ ਪਰ ਹਾਂ ਜਿਹੜੀ ਚੀਜ਼ ਮਿਸਿੰਗ ਸੀ ਉਹ ਤਾਂ ਮਿਸਿੰਗ ਸੀਗੀ ਪਰ ਉਹਨੂੰ ਵਾਹਿਗੁਰੂ ਦਾ ਪਾਣਾ ਸਮਝ ਕੇ ਉਹ ਮੰਨ ਚੁੱਕਾ ਸੀ ਮੈਂ ਤੇ ਪਰ ਹੁੰਦੀ ਗੱਲ ਇਹ ਉਦੋਂ ਹੀ ਆ ਦੋਸਤੋ ਜਦੋਂ ਸਾਡੇ ਸਮਾਜ ਨੇ ਇਹ ਗੱਲਾਂ ਸਾਨੂੰ ਤੋਰੀਆਂ ਕਿ ਸਮਾਜ ਦੇ ਵਿੱਚ ਜਦੋਂ ਮੈਂ ਵਿਚਰਦਾ ਸੀ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਮੇਰੀਆਂ ਭੈਣਾਂ ਭਰਾ ਜੋ ਵੀ ਮੇਰੇ ਨਾਲ ਟੱਚ ਵਿਦ ਹੁੰਦੇ ਸੀ ਵੀ ਜਸਪਾਲ ਤੂੰ ਸ਼ਾਦੀ ਕਦੋਂ ਕਰਨੀ ਆ ਤੈਨੂੰ ਸ਼ਾਦੀ ਕਰਾ ਲੈਣੀ ਚਾਹੀਦੀ ਆ ਇਕੱਲੇ ਬੰਦੇ ਦੀ ਜ਼ਿੰਦਗੀ ਅ ਐਨੀ ਵਧੀਆ ਨਹੀਂ ਹੁੰਦੀ ਤੇ ਹਾਂ ਉਹ ਚੀਜ਼ਾਂ ਦੀ ਘਾਟ ਹੁੰਦੀ ਆ ਜਿੱਥੇ ਬਹੁਤ ਜ਼ਿਆਦਾ ਘਾਟ ਹੁੰਦੀ ਆ ਪਰ ਉਹ ਇਸ ਤਰ੍ਹਾਂ ਹੁੰਦਾ ਬੰਦਾ ਜੂਸਟੂ ਹੋ ਜਾਂਦਾ ਤੇ ਉਸ ਸਮੇਂ ਦੇ ਨਾਲ-ਨਾਲ ਸਾਰਾ ਕੁਝ ਐਡਜਸਟ ਹੋ ਜਾਂਦਾ ਪਰ ਉਹ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਵੀ ਮੈਨੂੰ ਕਹਿੰਦੇ ਵੀ ਜਸਪਾਲ ਬਾਕੀ ਗੱਲਾਂ ਹਣ ਬਾਅਦ ਚ ਤਾ ਤੂੰ ਆਪਣਾ ਕੋਈ ਪਾਰਟਨਰ ਲੱਭ ਲਾ ਇਹ ਜਦੋਂ ਮੇਰੇ ਵੀ ਦਿਮਾਗ 'ਚ ਆਈ ਵੀ ਜਦੋਂ ਕਿਤੇ ਪਾਰਟੀ ਦੇ ਜਾਨੇ ਆ ਜਾਂ ਕਿਸੇ ਅਸੀਂ ਰਿਸ਼ਤੇਦਾਰ ਨੂੰ ਮਿਲਣ ਜਾਨੇ ਆ ਉਥੇ ਜਦੋਂ ਮੈਂ ਥੋੜੀ ਜਿਹੀ ਮਤਲ ਇਸ ਬਰੀਕੀ ਨਾਲ ਸੋਚਿਆ ਕਿ ਉਹ ਜੇ ਤਾਂ ਵਾਈਫ ਤੁਹਾਡੇ ਨਾਲ ਹੈਗੀ ਆ ਸਾਰਾ ਪਰਿਵਾਰ ਕੰਪਲੀਟ ਆ ਤਾਂ ਉਹ ਲੋਕ ਬੜੀ ਤੁਹਾਡੀ ਇੱਜ਼ਤ ਕਰਦੇ ਆ ਤੇ ਜਦੋਂ ਇਹ ਚੀਜ਼ ਨਹੀਂ ਹੁੰਦੀ ਤੁਹਾਡੇ ਨਾਲ ਤਾਂ ਉਹ ਤੁਹਾਨੂੰ ਇੰਨਾ ਜਿਆਦਾ ਖੁੱਲ ਕੇ ਨਹੀਂ ਤੈਨੂੰ ਪਿਆਰ ਕਰ ਸਕਦੇ ਕਿਉਂਕਿ ਉਹ ਵਿੱਚ ਕੋਈ ਚੀਜ਼ ਮਿਸਿੰਗ ਹੁੰਦੀ ਹੈ ਤੇ ਇਹ ਮੈਂ ਫੀਲ ਕੀਤਾ ਆਪ ਵੀ ਤੇ ਫਿਰ ਮੈਂ ਵੀ ਮਨ ਬਣਾਇਆ ਵੀ ਹਾਂ ਇਹ ਚਾਹੀਦਾ ਕਿਉਂਕਿ ਜੀਵਨ ਸਾਥੀ ਦੇ ਨਾਲ ਤੁਸੀਂ ਆਪਣਾ ਦੁੱਖ ਸੁੱਖ ਭੋਲਦੇ ਆ ਜੋ ਤੁਸੀਂ ਨਾ ਆਪਣੇ ਮਾਪੇ-ਬਾਪ ਨਾਲ ਸ਼ੇਅਰ ਕਰ ਸਕਦੇ ਆ ਨਾ ਆਪਣੇ ਬੱਚਿਆਂ ਨਾਲ ਸ਼ੇਅਰ ਕਰ ਸਕਦੇ ਆ ਨਾ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਆ ਇੱਕ ਬਹੁਤ ਹੀ ਬੜਮੁੱਲੀ ਦਾਤ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੁੰਦੀ ਆ ਜੀਵਨ ਸਾਥੀ ਜਿਹੜਾ ਕਿ ਤੁਸੀਂ ਉਹਦੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰ ਸਕਦੇ ਆ ਤੇ ਫਿਰ ਮੈਂ ਮਨ ਬਣਾ ਲਿਆ ਮੈਂ ਕਿਹਾ ਵੀ ਚਲੋ ਆ ਇਹ ਵੀ ਗੱਲ ਠੀਕ ਆ ਵੀ ਜੋ ਵੀ ਇਹ ਕਹਿ ਰਿਹਾ ਇਹ ਗੱਲ ਵਧੀਆ ਹੀ ਆ ਤੇ ਆਪਾਂ ਟਰਾਈ ਕਰ ਲੈਨੇ ਆ ਤੇ ਦੂਸਰਾ ਦੋਸਤ ਓ ਇਦਾਂ ਹੁੰਦੇ ਆ ਜਦੋਂ ਤੁਸੀਂ ਸ਼ਾਦੀ ਸ਼ੂਦਾ ਹੁੰਨੇ ਆ ਤੁਹਾਨੂੰ ਇਹ ਵੀ ਪਤਾ ਕਿ ਉਦੋਂ ਤੁਹਾਨੂੰ ਇਹ ਹਰ ਸਟੈਪ ਵੀ ਦੇਖ ਕੇ ਚੱਕਣਾ ਪੈਂਦਾ ਕਿਉਂਕਿ ਤੁਹਾਡੇ ਸਿਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਵੀ ਤੁਸੀਂ ਗਲਤ ਸਟੈਪ ਲੈ ਲਓ ਹਾਂ ਲੋਕੀ ਬਹੁਤ ਸਾਰੇ ਕੋਈ ਘਾਟੇਜ ਵਾਲੀ ਕੁੜੀ ਦੱਸਦਾ ਸੀ ਕੋਈ ਵਾਅਦੇਜ ਵਾਲੀ ਵੀ ਦੱਸਦਾ ਸੀ بڑے ਲੋਕਾਂ ਦੇ ਮੈਂ ਕਿਸੇ ਸੁਣੇ ਜਦੋਂ ਇਹ ਮੈਂ ਕੰਮ ਮਤਲਬ ਆਪਣੇ ਲਈ ਸਾਥੀ ਚੁਣਨਾ ਸੀ ਤੇ ਬੜੀ ਮਜ਼ੇਦਾਰ ਵੀ ਗੱਲ ਹੋ ਜਾਂਦੀ ਸੀ ਮੈਂ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਹੀ ਸਮਝਦਾ ਹੁੰਦਾ ਸੀ ਵੀ ਚਲੋ ਜੋ ਪਰਮਾਤਮਾ ਨੇ ਉਹਦਾ ਪਾੜਾ ਹੀ ਆ ਮਤਲਬ ਜੋ ਜੋ ਹੋ ਰਿਹਾ ਜ਼ਿੰਦਗੀ ਚ ਪਤਾ ਨਹੀਂ ਕੋਈ ਕਰਮ ਇਦਾਂ ਦੇ ਹੋਣਗੇ ਹਨ ਤੇ ਉਹਨਾਂ ਦੇ ਨਾਲ ਜੇ ਫਿਰ ਟੈਕਨੋਲੋਜੀ ਤਾਂ ਆ ਹੀ ਚੁੱਕੀ ਸੀ ਕੰਪਿਊਟਰ ਦੀ ਸਮਾ ਬਦਲਦਾਰੀ ਦਾ ਪਹਿਲਾਂ ਤੁਹਾਨੂੰ ਸਹਯੋਗ ਬਣਾਉਣ ਲਈ ਕੋਈ ਨਾ ਕੋਈ ਵਿਚੋਲਾ ਹੁੰਦਾ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਦੋਸਤ ਜਾਂ ਕੋਈ ਮਿੱਤਰ ਜਾਂ ਕੋਈ ਤੁਹਾਨੂੰ ਜਾਣਨ ਵਾਲੇ ਇਧਰੋਂ ਉਧਰੋਂ ਕੋਈ ਨਾ ਕੋਈ ਫਾਈਂਡ ਆਊਟ ਕਰਕੇ ਇੱਕ ਦੂਜੇ ਨੂੰ ਮਿਲਾ ਦਿੰਦੇ ਆ ਪਰ ਹਾਂ ਇਸ ਵਾਰ ਕੁਝ ਵੱਖਰਾ ਹੀ ਹੋਇਆ ਕਿਉਂਕਿ ਮੈਂ ਕੰਪਿਊਟਰ ਆਂਦਾ ਸੀਗਾ ਤੇ ਮੇਰੇ ਨਾਲ ਬੱਚੇ ਵੀ ਮੇਰੇ ਦੋਨੇ ਹੀ ਮੇਰੇ ਨਾਲ ਹੀ ਸਜੇ ਕਬੇ ਹੁੰਦੇ ਸੀ ਤੇ ਮੈਂ ਵੀ ਉਹਨਾਂ ਨੂੰ ਹੱਸਦੇ ਆਸਤੇ ਕਹਿੰਦਾ ਮੈਂ ਕਿਹਾ ਓਏ ਤੇ ਅੱਡੀ ਹੁਣ ਆਪਾਂ ਕੋਈ ਮੰਮੀ ਫਾਈਂਡ ਆਊਟ ਕਰੀਏ ਕਿਉਂਕਿ ਆਪਾਂ ਹੁਣ ਕੱਲੇ ਆ ਆਪਣੇ ਰੋਟੀ ਪਾਣੀ ਦਾ ਮਸਲਾ ਆ ਉਹ ਬੱਚਿਆਂ ਨੂੰ ਤਾਂ ਸ਼ਾਇਦ ਸਮਝ ਨਹੀਂ ਇੰਨੀ ਹੁੰਦੀ ਪਰ ਫੇ ਵੀ ਅਸੀਂ ਇੱਕ ਦੂਜੇ ਨਾਲ ਇਦਾਂ ਬਾਬਾ ਗੱਪਸ਼ਪ ਲਾਉਂਦੇ ਰਹਿੰਦੇ ਹੁੰਦੇ ਸੀ ਤੇ ਅਸੀਂ ਸਿਕ ਡਾਟ ਨੈਟ ਤੇ ਆਪਣਾ ਮੈਂ ਡਾਡਾ ਪਾ ਦਿੱਤਾ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਵੀ ਕਾਫੀ ਲੋਕ ਮਤਲਬ ਇਹ ਸਿਕ ਡਾਟ ਨੈਟ ਨੂੰ ਯੂਜ਼ ਕਰਦੇ ਸੀ ਆਪਣਾ 파ਟਨਰ ਚੁਣਨ ਲਈ ਤਾਂ ਬਹੁਤ ਸਾਰੇ ਜ਼ਰੂਰਤਮੰਦ ਲੜਕੀਆਂ ਲੜਕੇ ਉਹਦੇ ਉੱਤੇ ਹੁੰਦੇ ਸੀ ਤੋਂ ਪਰ ਹਾਂ ਉਹ ਜਦੋਂ ਨਵਾਂ ਨਵਾਂ ਚੱਲਿਆ ਤਾਂ ਮੈਂ ਇੱਕ ਦਿਨ ਨੂੰ ਮਜ਼ੇ ਦੀ ਗੱਲ ਦੱਸਦਾ ਕਿ ਜਦੋਂ ਮੈਂ ਕੰਮ ਤੋਂ ਜਾਣਾ ਰਾਤ ਨੂੰ 10 11 ਵਜੇ ਘਰ ਤੇ ਜਦੋਂ ਕੰਪਿਊਟਰ ਖੋਲ ਲੈਣਾ ਕਈ ਵਾਰੀ ਰੋਟੀ ਦਾ ਆਜਾਦ ਵੀ ਨਹੀਂ ਸੀ ਰਹਿੰਦਾ ਤੇ ਉਧਰੋਂ ਸਵੇਰ ਨੂੰ ਫੇਰ ਜਾਣ ਦਾ ਟਾਈਮ ਹੋ ਜਾਣਾ ਇੰਨਾ ਚਿਰ ਉਹ ਚਾਟ-ਵਾਟ ਹੁੰਦੀ ਰਹਿੰਦੀ ਸੀ ਤੇ ਇੱਕ ਵਾਰੀ ਬਹੁਤ سارے ਲੋਕਾਂ ਨਾਲ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੂੰ ਜ਼ਰੂਰਤਮੰਦ ਜਿਹੜੀਆਂ ਲੜਕੀਆਂ ਸੀਗੀਆਂ ਪਰ हां ਮੈਨੂੰ ਪ੍ਰਦੀਪ ਜੀ 2-3 ਵਾਰੀ ਮਿਲੇ ਉੱਤੇ ਪਰ ਇਹ 2 ਕੁ ਦਿਨ ਵਿੱਚ ਹੁੰਦੇ ਸੀ 2 ਕੁ ਦਿਨ ਇਹਨਾਂ ਨੇ ਗਾਇਬ ਹੋ ਜਾਣਾ ਤੇ ਮੈਂ ਕਿਹਾ ਯਾਰ ਮਤਲਬ ਮੈਨੂੰ ਇਹ ਪ੍ਰਦੀਪ ਬੜੀ ਪਸੰਦ ਆਈ ਆ ਪਰ ਮਸਲਾ ਇਹ ਆ ਕਿ ਇਹ ਗਾਇਬ ਹੋ ਜਾਂਦੇ ਆ ਤੇ ਇਹਨਾਂ ਨੂੰ ਲੱਭੀਏ ਕਿੱਦਾਂ ਉਦੋਂ ਬਾਅਦ ਮੈਨੂੰ ਕੰਪਿਊਟਰ ਬਾਰੇ ਨੌਲੇਜ ਨਹੀਂ ਸੀ ਹੁੰਦੀ ਪਰ ਮੈਂ ਫੇਰ ਵੀ ਟਰਾਈ ਕਰਦੇ ਰਹਿਣਾ ਸੀ ਤੇ ਐਨ ਐਸ ਵੀਰ ਜੀ ਨੂੰ ਮਤਲਬ ਉੱਥੇ ਮਿਲ ਜਾਣਾ ਤੇ ਦਰਸ਼ਨ ਦੇ ਕੇ ਫੇਰ ਗਾਇਬ ਹੋ ਜਾਣਾ ਪਰ ਇਹ ਮਸਲਾ ਥੋੜਾ ਜਿਹਾ ਚੱਲਦਾ ਰਿਹਾ ਤੇ ਫਿਰ ਮੈਂ ਕਿਹਾ ਵੀ ਖੁੱਲ ਕੇ ਇਹਨਾਂ ਨੂੰ ਮੈਂ ਮੈਸੇਜ ਛੱਡਿਆ ਵੀ ਮੈਂ ਤਾਂ ਸੀਰੀਅਸ ਆ ਮੈਂ ਆਪਣਾ ਪਾਰਟਨਰ ਚੁਣ ਰਿਹਾ ਕਿਉਂਕਿ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਤੇ ਇਸ ਕਰਕੇ ਮੈਂ ਸਾਰਾ ਇਹਨਾਂ ਨੂੰ ਸੱਚ ਦੱਸ ਦਿੱਤਾ ਵੀ 91 ਚ ਡੈਥ ਹੋਈ ਤੇ ਮੈਂ ਉਤੋਂ ਬਾਅਦ ਆਪਣੇ ਮੇਰੇ ਬੱਚੇ ਆ ਇਹ ਬੱਚੇ ਵੀ ਲੇਟ ਹੀ ਪਹੁੰਚੇ ਇੱਥੇ ਉਦਾਂ ਤੇ ਬੜੇ ਪਿਆਰੇ ਬੱਚੇ ਬੱਚੇ ਕਿੰਨੂ ਨਹੀਂ ਪਿਆਰੇ ਹੁੰਦੇ ਸਾਰਿਆਂ ਨੂੰ ਪਿਆਰੇ ਹੁੰਦੇ ਆ ਤੇ ਅਸੀਂ ਕਾਫੀ ਸਮਾਂ ਇਦਾਂ ਇੱਕ ਦੂਜੇ ਨਾਲ ਉਹ ਵੀ ਹੱਸਦੇ ਰਹਣਾ ਵੀ ਆ ਵੀ ਮੈਂ ਜਦੋਂ ਉਹਨਾਂ ਨੂੰ ਆਪਣੇ ਪ੍ਰਦੀਪ ਜੀ ਦੀ ਫੋਟੋ ਦਿਖਾਈ ਤਾਂ ਉਹ ਕਹਿੰਦੇ ਸਾਡੀ ਮੰਮੀ ਬਹੁਤ ਸੋਹਣੀ ਹੈ ਡੈਡੀ ਜੀ ਤੁਸੀਂ ਤਾਲੋ ਫਟਾਫਟ ਤਰੋ ਗੱਲਬਾਤ ਤੇ ਲਿਆਈਏ ਇਹਨਾਂ ਨੂੰ ਘਰ ਫੇਰ ਇਦਾਂ ਜਰੀਆ ਬਣ ਗਿਆ ਤੇ ਇਹਨਾਂ ਨਾਲ ਵੀ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਪੁੱਛਿਆ ਕਿ ਤੁਸੀਂ ਸੀਰੀਅਸ ਆ ਜਾਂ ਮਤਲਬ ਇਹ ਕਹਿੰਦੇ ਨਹੀਂ ਮੈਂ ਸੀਰੀਅਸ ਆ ਕਿ ਮੇਰਾ ਇਦਾਂ ਇਹਨਾਂ ਨੇ ਆਪਣਾ ਦੁੱਖ ਸੁੱਖ ਬੋਲਿਆ ਤੇ ਮੈਂ ਕਿਹਾ ਉਹ ਤੁਹਾਡੀ ਆਪਣੀ ਲਾਈਫ ਆ ਮਤਲਬ ਇਹ ਦੇ ਇਹਨਾਂ ਦੇ ਦੱਸਣ ਦੇ ਮਤਲਬ ਉਦੋਂ ਤਾਂ ਹੁਣ ਤਾਂ ਮੈਨੂੰ ਸਾਰਾ ਹੀ ਪਤਾ ਪਰ ਉਦੋਂ ਮੈਨੂੰ ਇਹਨਾਂ ਨਹੀਂ ਮੈਂ ਡੀਪਲੀ ਜਾਂਦਾ ਹੁੰਦਾ ਕਿਉਂਕਿ ਇੱਕ ਵਾਰੀ ਕਿਸੇ ਨੇ ਗੱਲ ਕਹੀ ਤੇ ਮੈਂ ਉਹਤੇ ਟਰਸਟ ਕਰਦਾ ਹਾਂ ਵੀ ਜੇਦ ਜੈਸੇ ਜਾਨੋ ਦੈਟਸ ਇਟ ਤੇ ਉਹ ਇਹਨਾਂ ਨੂੰ ਵੀ ਜ਼ਰੂਰਤ ਸੀ ਤੇ ਇਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਅ ਮਿਲੇ ਇੱਕ ਦੋ ਵਾਰ ਤੇ ਇਹਨਾਂ ਦੀ ਮੰਮੀ ਜੀ ਨੂੰ ਵੀ ਮਿਲੇ ਉਹ ਵੀ ਉਦੋਂ ਇੱਥੇ ਆਏ ਹੋਏ ਸੀਗੇ ਤੇ ਫਿਰ ਮੈਂ ਸਾਰਾ ਇਹਨਾਂ ਨੂੰ ਆਪਣੇ ਬੱਚੇ ਵੀ ਦਿਖਾਏ ਕਿ ਮੇਰੇ ਦੋ بیٹے ਆ ਇਹਨਾਂ ਨੇ ਬੜਾ ਪਿਆਰ ਕੀਤਾ ਉਹ ਵੀ ਬੜੇ ਇਹਨਾਂ ਨੂੰ ਪਿਆਰ ਕਰਦੇ ਸੀ ਤੇ ਅਸੀਂ ਉਦੋਂ ਇਕੱਠੇ ਜੁਆਇੰਟ ਫੈਮਿਲੀ 'ਚ ਰਹਿੰਦੇ ਸੀਗੇ ਤਾਂ ਬਾਕੀ ਉਹ ਬੱਚੇ ਮੇਰੇ ਨਾਲੋਂ ਜ਼ਿਆਦਾ ਸਮਾਂ ਆਪਣੀ ਮੰਮੀ ਨੂੰ ਜਦੋਂ ਉਹਨਾਂ ਨੂੰ ਮਿਲ ਗਿਆ ਤੇ ਇਹ ਆਪਸ ਵਿੱਚ ਬੜੇ ਖੁਸ਼ ਰਹਿੰਦੇ ਆ ਸ਼ਾਪਿੰਗ ਕਰਨ ਜਾਣਾ ਇਧਰੋਂ ਉਧਰੋਂ ਚੀਜ਼ਾਂ ਖਰੀਦਣ ਜਾਣਾ ਤਾਂ ਉਹਨਾਂ ਕਹਿੰਦਾ ਹੀ ਮੰਮੀ ਦੇ ਨਾਲ ਅਸੀਂ ਜਾਣਾ ਤੇ ਡੈਡੀ ਜੀ ਤੁਸੀਂ ਭਾਵੇਂ ਥੱਕੇ ਤਾਂ ਸੋ ਜਾਓ ਅਸੀਂ ਸ਼ਾਪਿੰਗ ਕਰਕੇ ਆਉਨੇ ਕਿਉਂਕਿ ਬੈਜ਼ਦ ਉਹਨਾਂ ਨੇ ਬੱਚੇ ਉਦੋਂ ਬੱਚੇ ਹੀ ਹੁੰਦੇ ਆ ਖੁੱਲਾ ਖਰਚਾ ਕਰਦੇ ਵੀ ਕੱਪੜੇ ਲੈਣ ਜਾਣਾ ਤਾਂ ਕਿਨੇ-ਕਨੇ ਲੈ ਆਉਣੇ ਤੇ ਇਸ ਤਰ੍ਹਾਂ ਮਾਮਲਾ ਚੱਲਦਾ ਰਿਹਾ ਹੁਣ ਤੁਸੀਂ ਦੱਸੋ ਤੁਸੀਂ ਵੀ ਕੋਈ ਆਪਣੇ ਵੱਲੋਂ हां मैं भी दसुंगी मैं के आज टाडी सुनदे हां के तुही सुनाओ के तुही अपना पार्टनर किवें ਲੱਭਿਆ ਕਿ ਸਾਰੇ ਜਿਵੇਂ ਤੁਸੀਂ ਮੈਨੂੰ ਦੱਸ ਦੇ ਹੁੰਦੇ ਆ ਭੀ ਸਾਰਿਆਂ ਦਾ ਫੋਕਸ ਇਹ ਹੁੰਦਾ ਹੀ ਕਿ ਕੋਈ ਰੋਟੀ ਪਕਾਉਣ ਵਾਲੀ ਆ ਜੇ ਹਨਾ ਇੱਥੋਂ ਤੱਕ ਕੀ ਨੋਬਤ हां ਸੱਚ ਮੈਨੂੰ ਇੱਕ ਯਾਦ ਆਈ ਅੱਜ ਸਾਰੀ ਤੁਹਾਡੀ ਆ ਗੱਲ ਮੇਰੇ ਡੈਡੀ ਜੀ ਤਾਂ ਪੜ੍ਹੇ ਲਿਖੇ ਸੀ ਸਾਡੀ ਜਿਹੜੀ ਮਦਰ ਸੀ ਉਹ ਨਹੀਂ ਸੀ ਪੜੀ ਤੇ ਹਰ ਇੱਕ ਦਾ ਮਤਲਬ ਆਪਣੇ ਆਪਣੇ ਵਿਚਾਰ ਵੱਖਰੇ ਵੱਖਰੇ ਹੁੰਦੇ ਭਾਵੇਂ ਜੀਵਨ ਸਾਥੀ ਤੁਸੀਂ ਤੁਹਾਡਾ ਹੁੰਦਾ ਪਰ ਵਿਚਾਰ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਆ ਉਹਦੇ ਆਪਣੇ ਵਿਚਾਰ ਹੋ ਸਕਦੇ ਆ ਸਾਡੇ ਡੈਡੀ ਜੀ ਦੇ ਆਪਣੇ ਵਿਚਾਰ ਹੋ ਸਕਦੇ ਉਹ ਪੜੇ ਲਿਖੇ ਸੀਗੇ ਮਦਰ ਅਨਪੜ੍ਹ ਸੀ ਕਰਕੇ ਤੇ ਉਹ ਉਹਨਾਂ ਦਾ ਖਿਆਲ ਸੀ ਵੀ ਜਿੱਦਾਂ ਰਿਸ਼ਤਾ ਲਿਆਵਾਂ ਤੇ ਮੈਂ ਇੰਡੀਆ ਤੋਂ ਆਪਣੇ ਕਿਸੇ ਰਿਸ਼ਤੇਦਾਰ ਚੋਂ ਕੋਈ ਚੁਣਾ ਇਦਾਂ ਹੀ ਸਾਡੇ ਹੋਰ ਵੀ ਕਈ ਰਿਸ਼ਤੇਦਾਰ ਸਬੰਧੀ ਸੀ ਉਹ ਕੋਈ ਕੋਈ ਇਦਾਂ ਕਹਿੰਦੇ ਸੀ ਵੀ ਰੋਟੀ ਪੱਕਦੀ ਜਦੋਂ ਮੈਨੂੰ ਬੜਾ ਹਾਸਾ ਆ ਜਾਣਾ ਵੀ ਰੋਟੀ ਪੱਕਦੀ ਇੱਕ ਰੋਟੀ ਦਾ ਹੀ ਮਸਲਾ ਥੋੜਾ ਹੁੰਦਾ ਵੀ ਤੁਹਾਨੂੰ ਜੀਵਨ ਸਾਥੀ ਇੱਕ ਇਹੋ ਜਿਹਾ 파ਟਨਰ ਹੁੰਦਾ ਜਿਹੜਾ ਜੀਵਨ ਭਰ ਤੁਹਾਡੇ ਨਾਲ ਜੁੜਿਆ ਹੁੰਦਾ ਦੇਖਣੀ ਪਾਖਣੀ ਉਹਦੀ ਸੋਹਣੀ ਹੋਣੀ ਚਾਹੀਦੀ ਪੜਿਆ ਲਿਖਿਆ ਹੋਣਾ ਚਾਹੀਦਾ ਔਰ ਉਹ ਇੰਡੀਪੈਂਡੈਂਟ ਹੋਵੇ ਤਾਂ ਕਿੰਨਾ ਵਧੀਆ ਹੁੰਦਾ ਤੇ ਮੇਰੇ ਖਿਆਲ ਚ ਇਦਾਂ ਸੀਗੀ ਤੇ ਪਰ ਹਾਂ ਉਹਨਾਂ ਵਿੱਚੋਂ ਮੈਂ ਆਪਣੇ ਡੈਡੀ ਜੀ ਨਾਲ ਸਾਰੇ ਆਪਣਾ ਮਤਲਬ ਕੋਈ ਵੀ ਦੁੱਖ ਸੁੱਖ ਮੈਂ ਬਾਅਦ ਚ ਹੋਰ ਨਹੀਂ ਸੀ ਮੈਂ ਕਿਸੇ ਨਾਲ ਸ਼ੇਅਰ ਕਰਦਾ ਹੁੰਦਾ ਉਹਨਾਂ ਨਾਲ ਗੱਲ ਕਰਦਾ ਹੁੰਦਾ ਮੈਂ ਕਹਿੰਦਾ ਡੈਡੀ ਜੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਤੋ ਉਹ ਕਹਿੰਦੇ ਵੀ ਬੇੜਾ ਤੁਸੀਂ ਆਪਣਾ ਜੀਵਨ ਸਾਥੀ ਤੁਸੀਂ ਖੁਦ ਚੁਣਨਾ ਤੇ ਤੁਸੀਂ ਚੁਣ ਰਹੇ ਹੋ ਤੇ ਬਹੁਤ ਵਧੀਆ ਗੱਲ ਆ ਇਹਦੇ ਵਿੱਚ ਕਿਸੇ ਦੀ ਇੰਟਰਫੇਅਰ ਨਹੀਂ ਹੋਣੀ ਚਾਹੀਦੀ ਇਹ ਨਹੀਂ ਕਿ ਮਦਰ ਦਾ ਰਿਸ਼ਤਾ ਲੈਣਾ ਜਾਂ ਕਿਸੇ ਬ੍ਰਦਰ ਦੇ ਕਿਸੇ ਰਿਸ਼ਤੇਦਾਰ ਦਾ ਲੈਣਾ ਹਾਂ ਜੇ ਜੀਵਨ ਸਾਥੀ ਚੁਣਨਾ ਤੇ ਤੁਸੀਂ ਖੁਦ ਆਪਣਾ ਇੱਕ ਦੂਜੇ ਨੂੰ ਮਿਲੋ ਇੱਕ ਦੂਜੇ ਨੂੰ ਪਰਖੋ ਜੇ ਤੁਹਾਡੇ ਵਿਚਾਰ ਮਿਲਦੇ ਆ ਤੇ ਇਹਦੇ ਵਰਗਾ ਸਵਰਗ ਕੋਈ ਨਹੀਂ ਤੇ ਜੇ ਨਹੀਂ ਮਿਲਦੇ ਤੇ ਇਹਦੇ ਵਰਗਾ ਨਰਕ ਕੋਈ ਨਹੀਂ ਤਾਂ ਉਹਦੇ ਨਾਲ ਨਾ ਕਰਨਾ ਚੰਗਾ ਇਸ ਇਸ ਤਰ੍ਹਾਂ ਫਿਰ ਅਸੀਂ ਇੱਕ ਦੂਜੇ ਨੂੰ ਉਹਨਾਂ ਤੋਂ ਵੀ ਮੈਂ ਇਜਾਜ਼ਤ ਲੈ ਲਈ ਤੇ ਘਰ 'ਚ ਵੀ ਕਈ ਕੁਝ ਚੱਲਦਾ ਹੁੰਦਾ ਉਹਨਾਂ ਜੇ ਨਜ਼ਰ ਨਹੀਂ ਹੁੰਦਾ ਉਹਨਾਂ ਜਰ ਕੋਈ ਕੁਝ ਕਹੀ ਜਾਂਦਾ ਹੁੰਦਾ ਕੋਈ ਕੁਝ ਕਹੀ ਜਾਂਦਾ ਹੈ ਸਾਡੇ ਥੋੜੇ ਬਾਰੇ ਰਿਸ਼ਤੇਦਾਰ ਵੀ ਕਾਫੀ ਇੱਥੇ ਥੋੜੇ ਨਹੀਂ ਕਾਫੀ ਰਹਿੰਦੇ ਆ ਔਰ ਜਿਹੜੇ ਬਹੁਤ ਹੀ ਪਹਿਲਾਂ ਉਦੋਂ ਤਾਈ ਸੁਪਨ ਜੰਮੇ ਮਨੀ ਜਦੋਂ ਦੇ ਉਹ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਇਸ ਗੱਲ ਬਾਰੇ ਬੜਾ ਜ਼ਿਕਰ ਕਰਨਾ ਜਸਪਾਲ ਤੇਰੀ ਸ਼ਾਦੀ ਅਸੀਂ ਉੱਥੇ ਕਰਾਉਣੀ ਹੈ ਉੱਥੇ ਕਰਾਉਣੀ ਮੈਂ ਸੁਣਦਾ ਸਾਰਿਆਂ ਦੀ ਹੁੰਦਾ ਸੀ ਪਰ ਮੈਂ ਕਦੀ ਉਹਦਾ ਵਿਚਾਰ ਜਿਹੜਾ ਆਪਣੇ ਮਨਾਂ ਕਰਦਾ ਹੁੰਦਾ ਸੀ ਕਿ ਮੈਂ ਕੀ ਕਰਨਾ ਤੇ ਇਸ ਤਰ੍ਹਾਂ ਮੈਂ ਆਪਣੇ ਨੂੰ ਫੁੱਲ ਕੌਨਫੀਡੈਂਸ ਦੇ ਨਾਲ ਮੈਂ ਇਹਨਾਂ ਨੂੰ ਚੁਣਿਆ ਔਰ ਮੈਨੂੰ ਬੜੇ ਪਿਆਰੇ ਲੱਗੇ ਇੱਕ ਵਾਰੀ ਅਸੀਂ ਜਦੋਂ ਫਾਸਟ ਡੇਟ ਤੇ ਮਿਲੇ ਆ ਤੇ ਉਦੋਂ ਜੂਨੀਅਨ ਸਿਟੀ ਅਸੀਂ ਮਿਲੇ ਤੇ ਮੈਂ ਇਹਨਾਂ ਨੂੰ ਪਹਿਲੀ ਵਾਰੀ ਦੇਖਿਆ ਉਹਦਾ ਇੰਟਰਨੈਟ ਤੇ ਬਹੁਤ ਵਾਰੀ ਦੇਖਿਆ ਸੀ ਪਰ ਉਦੋਂ ਜਦੋਂ ਮਿਲੇ ਤਾਂ ਮੇਰਾ ਤਾਂ ਮੈਂ ਪਹਿਲੀ ਇਹਨਾਂ ਨੂੰ ਦੇਖਦੇ ਸਾਰੀ ਇਹਨਾਂ ਨੂੰ ਮੈਂ ਕਹਿ ਦਿੱਤਾ ਸੀ ਬਈ ਮਰੇਲੋ ਮੈਂ ਠੀਕ ਆ ਤੇ ਤੁਸੀਂ ਆਪਣਾ ਕੋਈ ਤਸੱਲੀ ਕਰਨੀ ਤਾਂ ਸਾਡੇ ਪਿੰਡ ਤੋਂ ਜਾਂ ਸਾਡੇ ਜਿੱਥੇ ਅਸੀਂ ਰਹਿ ਰਹੇ ਆ ਜਿੱਥੋਂ ਵੀ ਤੁਸੀਂ ਪਤਾ ਖੰਡਾ ਕਰ ਸਕਦੇ ਹੋ ਕਿਉਂਕਿ ਆਪਣੇ ਜ਼ਿਮੀਦਾਰਾਂ ਦਾ ਤੇ ਜ਼ਿਆਦਾ ਹੁੰਦਾ ਜ਼ਮੀਨ ਜਾਇਦਾ ਦੀ ਜਾਂ ਕੋਈ ਬੰਦਾ ਸੈੱਟ ਜਾਂ ਕੋਈ ਕੰਮਕਾਰ ਕਰਦਾ ਉਹ ਮੈਂ ਕਹਾਂ ਤੁਸੀਂ ਆਪਣਾ ਪਰ ਇਹਨਾਂ ਦੇ ਵੀ ਵਿਚਾਰੇ ਉਹ ਮਦਰੀ ਸੀਗੇ ਇੱਥੇ ਤੇ ਇਹ ਬੜੀ ਗੱਜਬ ਦੀ ਗੱਲ ਆ ਕਿ ਪਰਮਾਤਮਾ ਕਈ ਵਾਰੀ ਵਾਰ ਮੈਂ ਹਾਂ ਮੈਂ ٹرسٹ ਬੋ ਕਰਦਾ ਰੱਬ ਦੇ ਪਰ ਕਈ ਵਾਰੀ ਮੈਂ ਵੀ ਇਸ ਗੱਲ ਤੋਂ ਉਲਝ ਜਾਣਾ ਵੀ ਕਿੰਨੇ ਚੰਗੀ ਫੈਮਿਲੀ ਆ ਤੇ ਕਿੰਨੇ ਇਹਨਾਂ ਨੂੰ ਦੁੱਖ ਆਏ ਆ ਈਵਨ ਇਹਨਾਂ ਦੀ ਮਦਰ ਕਿੰਨੀ ਮਿਹਨਤ ਕੀਤੀ ਹਾਰਡ ਵਰਕ ਕੀਤਾ ਇਹਨਾਂ ਦੇ ਪਿਤਾ ਜੀ ਨਹੀਂ ਸੀਗੇ ਉਹਨਾਂ ਨੇ ਆਪਣੀ ਜੌਬ ਕਰਕੇ ਨਾ ਬੱਚਿਆਂ ਨੂੰ ਪੜਾਇਆ ਲਿਖਾਇਆ ਔਰ ਬਾਹਰ ਤੈਨੂੰ ਬਾਕੀ ਤੁਸੀਂ ਸਾਰਾ ਸੋਣ ਹੀ ਲਿਆ ਤੇ इवन ਇਹ ਨੀ ਸਪੋਰਟ ਕੀਤੀ ਉਹਨਾਂ ਨੇ ਕਿ ਮੇਰੇ ਬੱਚੇ ਹਰ ਇੱਕ ਮਾਂ ਬਾਪ ਆਪਣੇ ਬੱਚਿਆਂ ਦਾ ਵੈਲ ਸੈਟਡ ਕਰਦਾ ਤੇ ਇਸੇ ਤਰ੍ਹਾਂ ਹੀ ਅ ਬੜਾ ਮਤਲਬ ਜਦੋਂ ਮਿਲੇ ਮੈਨੂੰ ਤਾਂ ਇਦਾਂ ਲੱਗਾ ਆਪਣੇ ਜਿਦਾਂ ਆਪਣਾ ਹੀ ਕੋਈ ਮਿਲ ਗਿਆ ਹੁੰਦਾ ਤੇ ਜਦੋਂ ਕੋਈ ਗੱਲਬਾਤ ਕਰਨੀ ਉਹਨਾਂ ਨੇ ਬੜਾ ਪਿਆਰ ਕਰਨਾ ਬੜਾ ਅਚਰ ਇਹਨਾਂ ਦੀ ਮੰਮੀ ਨੇ ਮੈਨਾਂ ਗੱਲਾਂ ਬਾਤਾਂ ਕਰਦੇ ਰਹਿਣਾ ਮਿਲਣ ਤੋਂ ਪਹਿਲਾਂ ਵੀ ਅਸੀਂ ਸ਼ਾਦੀ ਤੋਂ ਪਹਿਲਾਂ ਵੀ ਸਾਡੀਆਂ ਗੱਲਾਂ ਬਾਤਾਂ ਕਾਫੀ ਉਹਨਾਂ ਨਾਲ ਹੋਈਆਂ ਤੇ ਮੈਨੂੰ ਲੱਗਾ ਕਿ ਬਹੁਤ ਹੀ ਪਰਿਵਾਰ ਤਵੇ ਇਦਾਂ ਹੈ ਵੀ ਜੋ ਸੱਚ ਆ ਉਹ ਸੱਚ ਆ ਪਰ ਇਹ ਦੁੱਖ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਇਹ ਅੱਜ ਤੱਕ ਮੈਨੂੰ ਵੀ ਸਮਝ ਨਹੀਂ ਲੱਗੀ ਕਿਉਂਕਿ ਜਿੰਨਾ ਬੰਦਾ ਚੰਗਾ ਹੁੰਦਾ ਉਹਨੂੰ ਦੁੱਖ ਵੀ ਜਿਆਦਾ ਪਰਮਾਤਮਾ ਦਿੰਦਾ ਜਾਂ ਤੋਂ ਇਹ ਆ ਕਿ ਉਹਦੇ ਦੁੱਖ ਸਾਰੇ ਖਤਮ ਹੀ ਕਰ ਦੇਣਾ ਚਾਹੁੰਦਾ ਹੈ ਜ਼ਿੰਦਗੀ ਦੇ ਤੇ ਵੀ ਜੰਮਣਾ ਮਰਨਾ ਹੀ ਖਤਮ ਹੋ ਜਵੇ ਤੇ ਇੱਥੇ ਹੀ ਜਿਹੜਾ ਕੋਈ ਮਾੜੇ ਮੋਟੇ ਹੈਗੇ ਖਤਮ ਹੋ ਜਾਵੇ ਪਰੇਣੀ ਅਜ ਤਾਈਂ ਨਾ ਕਿਸੇ ਨੇ ਦੱਸਿਆ ਹੀ ਆ ਕੇ ਬਹੁਤ سارے ਹੁਣ ਸਾਡੇ ਡੈਡੀ ਜੀ ਵੀ ਐਕਸਪਾਇਰ ਹੋ ਗਏ ਸੀਗੇ ਮੈਂ ਤਾਂ ਉਹਨਾਂ ਦਾ ਵੀ ਜਾਂ ਸਾਡੇ ਤੋਂ ਪਹਿਲਾਂ ਵੀ ਜਾਂ ਕੇ ਆ ਆਪਾਂ ਕੋਈ ਬੁੱਕ ਪੜ੍ਹਦੇ ਆ ਜਾਂ ਕੋਈ ਮਹਾਪੁਰਸ਼ਾਂ ਦੇ ਬਚਨ ਸੁਣਦੇ ਆ ਜਿਹੜਾ ਜ਼ਿੰਦਗੀ ਚੋਂ ਚਲੇ ਜਾਂਦਾ ਉਹ ਵਾਪਸ ਕੋਈ ਆ ਕੇ ਦੱਸਦਾ ਨਹੀਂ ਵੀ ਉਹ ਰੂਹ ਕਿੱਥੇ ਚਲੇ ਜਾਂਦੀ ਹੈ ਤੇ ਬਾਕੀ ਚਲੋ ਤੁਸੀਂ ਵੀ ਬਹੁਤ ਵਿਦਵਾਨ ਆ ਉੱਚੇ ਸੁੱਚੇ ਖਿਆਲਾਂ ਦੇ ਆ ਧਾਰਮਿਕ ਬੁੱਕ ਵੀ ਪੜ੍ਹਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਕੋਈ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗਾ ਮੈਂ ਤਾਂ ਅਜੇ ਤੱਕ ਨਹੀਂ ਪਤਾ ਲੱਗਾ ਤੇ ਮੈਂ ਤਾਂ ਹਮੇਸ਼ਾ ਅਰਦਾਸ ਕਰਦਾ ਆਂ ਕਿ ਸਾਰੇ ਸੁਖੀ ਰਹਿਣ ਤੇ ਜਾਨੂ ਮੇਰਾ ਕੀ ਨਾ ਹੀ ਉੱਥੇ ਤੇ ਆਡੇ ਉੱਥੇ ਸੀ ਆ ਖਸ਼ਬੂ ਤਵਾ ਕਿ ਖਸ਼ਬੂ ਖਸ਼ਬੂ ਹੀ ਆ ਮੈਂ ਆਪਣਾ ਮੇਰਾ ਨਾਂ ਕਿ ਖਸ਼ਬੂ ਹੀ ਤੇ ਤੁਸੀਂ ਕਿਹਾ ਮੈਂ ਨੂੰ ਇੰਟਰਨੈਟ ਤੇ ਵੇਖਦਾ ਸੀ ਤੇ ਮੈਨੂੰ ਇੰਟਰਨੈਟ ਤੇ ਥੋੜਾ ਵੇਜਦੇ ਸੀ ਤੁਸੀਂ ਪਿਕਚਰ ਦੇਖੀ ਮੇਰੀ ਸਿਰਫ ਜਿਹੜੀ ਉੱਥੇ ਲਾਈ ਹੋਈ ਹੈ ਨਹੀਂ ਪਿਕਚਰ ਹੀ ਦੇਖੀ ਹਾਂ ਤੇ ਤੁਸੀਂ ਉਹ ਫਿਰ ਗਾਇਬ ਹੋ ਜਾਂਦੇ हां ਬੱਬੀ ਮੈਨੂੰ ਵੀ ਉਹ ਉਦਾਂ ਜਿਦੋਂ ਵੇਖਿਆ ਜੁਨੀਅਰ ਸਿਟੀ ਪੀਜ਼ੇ ਤੇ ਵੇਖਿਆ हां जी ਅਸਲੀ ਜਾਂ ਬਾਈ ਤੇ ਪਰ ਉਹਦਾ ਤੁਸੀਂ ਮੈਨੂੰ ਨਹੀਂ ਉਹਦਾ ਤੇ ਫੁੱਟੇ ਵੇਖੀ ਤੇ ਤੁਹਾਨੂੰ ਪਿਕਚਰ ਸੋਹਣੀ ਲੱਗੀ ਕਿ ਮੈਂ ਸੋਹਣੀ ਲੱਗੀ ਨਹੀਂ ਤੁਸੀਂ ਮੈਨੂੰ ਬਹੁਤ ਸੋਹਣੇ ਲੱਗੇ ਪਿਕਚਰ ਤੇ ਪਿਕਚਰ ਹੀ ਹੁੰਦੀ ਆ ਹਮ ਪਰ ਜਦੋਂ ਮੈਂ ਤੁਹਾਨੂੰ ਖੁਦ ਮਿਲਿਆ ਹਮ ਤੇ ਸਾਹਮਣੇ ਸ਼ੀਸ਼ਾ ਤੇ ਸਾਰਾ ਕੁਝ ਤੇ ਮੈਂ ਪਤਾ ਨਹੀਂ ਉਹ ਰੱਬ ਵੱਲੋਂ ਹੀ ਕੋਈ ਸਹਯੋਗ ਜਿੱਦਾਂ ਵੀ ਹੋਣੇ ਹੁੰਦੇ ਆ ਮੈਂ ਤਾਂ ਤੁਹਾਨੂੰ ਦੇਖਦਿਆਂ ਸਾਰੀ ਮੈਂ ਕਿਹਾ ਵੀ ਇਹ ਵੀ ਸੱਜਣਾ ਇੱਕ ਲਾਸਟ ਚਾਂਸ ਸੀ ਆ ਤੇਰਾ ਤੇ ਇਹ ਜੇ ਬਣ ਗਈ ਗੱਲ ਠੀਕ ਹੈ ਨਹੀਂ ਤਾਂ ਆਪਾਂ ਕੋਈ ਕੁੜੀ ਨਹੀਂ ਲੱਭਣੀ ਅੱਛਾ ਇਹ ਤੋਂ ਤੱਕ ਮੇਰਾ ਮੰਨ ਜੀ ਤੇ ਕਹਿੰਦਾ ਤੁਸੀਂ ਬਹੁਤ ਸਾਰੀਆਂ ਦਾ ਨਹੀਂ ਪਹਿਲਾਂ ਕੀਤਾ ਮੈਂ ਇਹ ਨਹੀਂ ਕੀਤਾ ਇਹ ਨਹੀਂ ਕੁੜੀਆਂ ਮਤਲਬ ਬਹੁਤ ਸਾਰੀਆਂ ਚੰਗੀਆਂ ਇਹ ਨਹੀਂ A to Z ਸਾਰੀਆਂ ਚੰਗੀਆਂ ਹਾਂ ਪਰ ਇਹ ਕਿ ਪ੍ਰਮਾਤਮਾ ਨੇ ਜਿੱਥੇ ਸਹਯੋਗ ਬਣਾਉਣਾ ਹੁੰਦਾ ਨਾ ਹਾਂ ਉਹ ਇੱਕ ਅਲੈਦਾ ਹੀ ਕੁਛ ਨਾ ਕੁਛ ਹੋ ਜਾਂਦਾ ਹੂੰ ਉੱਥੇ ਤੁਹਾਡਾ ਮਤਲਬ ਅੰਦਰੋਂ ਆਵਾਜ਼ ਆ ਜਾਂਦੀ ਆ ਤੁਹਾਡੇ ਮਨ ਨੂੰ ਤਨ ਨੂੰ ਸਾਰਾ ਕੁਝ ਚੰਗਾ ਲੱਗਣ ਲੱਗ ਪੈਂਦਾ ਹੂੰ ਪਰ ਹਾਂ ਇਹ ਨਹੀਂ ਕਿ ਮੈਂ ਕਿਸੇ ਨੂੰ ਮਤਲਬ ਲੜਕੀਆਂ ਉਦਾਂ ਹੀ ਬਹੁਤ ਬਿਊਟੀਫੁੱਲ ਹੁੰਦੀਆਂ ਕਿਉਂਕਿ ਉਹ ਵੀ ਮਤਲਬ ਸਾਡੀਆਂ ਬੇਟੀਆਂ ਵੀ ਆ ਸਾਡੇ ਆ ਪਰਿਵਾਰਾਂ ਜੇ ਸਾਡੀਆਂ ਭੈਣਾਂ ਆ ਹਾਂ ਕੁੜੀ ਕੋਈ ਵੀ ਨਹੀਂ ਕੁੜੀਆਂ ਸਭ ਬਹੁਤ ਚੰਗੀਆਂ ਹੁੰਦੀਆਂ ਔਰ ਉਹ ਕਦਮ ਗੋਣੇ ਗੁੱਸੇ 'ਚ ਆ ਗਏ ਜੋ ਮੈਂ ਕਹਤ ਹਾਂ ਹੋਰ ਨਾਲ ਨੂੰ ਚਾਟ ਕਰਦੇ ਤੇ ਮੈਂ ਵੀ ਤੇ ਕਰਦੀ ਹਾਂ ਨਹੀਂ ਉਹ ਤਾਂ ਹੁੰਦਾ ਹੀ ਹੈ ਜਦੋਂ ਜੀਵਨ ਸਾਥੀ ਬੰਦਾ ਲੱਭਦਾ ਤੇ ਉਹ ਕਿਉਂ ਨਹੀਂ ਕਰਦਾ ਉਹ ਨਹੀਂ ਐਕਦਾ ਇੱਕਦਮ ਜੇ ਤੂੰ ਏਦਾਂ ਕਿਦਾਂ ਉਹ ਨਹੀਂ ਨਹੀਂ ਮੈਂ ਨਹੀਂ 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 ਉਹ ਤੇ ਨੂੰ ਐਵੇਂ ਲੱਗਾ ਬੈਦ ਹਾਂ ਖੁਦ ਕਹਿਣਾ ਵੀ ਜਿੰਨੇ ਵੀ ਜਾਂ ਲੜਕੀ ਆ ਜਾਂ ਲੜਕਾ ਹੁਣ ਵੀ ਮੈਂ ਮੈਸੇਜ ਦਊਂਗਾ ਹਮ ਆਪਣੇ ਸਭ ਲਈ ਕਿ ਆਉਣ ਵਾਲੀ ਪੀੜ੍ਹੀ ਜਿੰਨੇ ਵੀ ਕੋਈ ਜੀਵਨ ਸਾਥੀ ਲੱਭਣਾ ਤੇ ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਇੱਕ ਦੂਜੇ ਨਾਲ ਖੁੱਲ ਕੇ ਗੱਲ ਦੱਸੋ ਆਪਣੇ ਵਿਚਾਰ ਦੱਸੋ ਹੋ ਸਕਦਾ ਕਿਸੇ ਦੇ ਵਿਚਾਰ ਤੁਹਾਡੇ ਇੱਕ ਦੂਜੇ ਨਾਲ ਮਿਲ ਜਾਣ ਅੰਦਰੋਂ ਆਵਾਜ਼ ਮਿਲ ਜਾਏ ਹਾਂ ਤਾਂ ਉਥੇ ਕਰੋ ਕੋਈ ਡਰਨ ਦੀ ਲੋੜ ਨਹੀਂ ਸਮਾਜ ਤੋਂ ਵੀ ਕੀ ਹੋਊਗਾ ਆਪਣੇ ਘਰ ਦੇ ਨਾਲ ਸ਼ੇਅਰ ਕਰੋ ਵੀ ਹਾਂ ਵੀ ਇਹ ਗੱਲ ਚੰਗੀ ਆ ਤੇ ਕਰ ਲੈਣਾ ਚਾਹੀਦਾ ਤੇ ਇਦਾਂ ਹੀ ਅਸੀਂ ਇਹ ਨਹੀਂ ਕਿ ਅਸੀਂ ਇਦਾਂ ਹੀ ਕਰ ਲਿਆ ਅਸੀਂ ਸਟੈਪ ਵਾਈਜ਼ ਸਟੈਪ ਇਦਾਂ ਹੀ ਹੋਇਆ ਕਿ ਇਹਨਾਂ ਨੇ ਆਪਣੇ ਮਾਤਾ ਜੀ ਤੋਂ ਪਰਮਿਸ਼ਨ ਲਈ ਆਪਣੇ ਸਾਰੇ ਪਰਿਵਾਰ ਮਾਮਾ ਜੀ ਤੋਂ ਉਹ ਜੋ ਵੀ ਇਹਨਾਂ ਦੇ ਮਾਸੜ ਮਾਸੀ ਜੋ ਸਿਗਾ ਪਰਿਵਾਰ ਚ ਜੋ ਵੀ ਸਾਰਿਆਂ ਨੂੰ ਦੱਸਿਆ ਤੇ ਹਰ ਇੱਕ ਦੀ ਪਰਮਿਸ਼ਨ ਲੈਣੀ ਪੈਂਦੀ ਆ ਚਾਹੀਦੀ ਵੀ ਆ ਇਸੇ ਤਰ੍ਹਾਂ ਸਾਡੇ ਵੀ ਅ ਅਸੀਂ ਜਦੋਂ ਇੱਕ ਦੂਜੇ ਨੂੰ ਪਸੰਦ ਕਰ ਲਿਆ ਫੇ ਸਾਡੇ ਡੈਡੀ ਜੀ ਕਹਿੰਦੇ ਵੀ ਹੁਣ ਅਸੀਂ ਵੀ ਦੇਖ ਸਕਦੇ ਮੈਂ ਕਿਹਾ ਜਰੂਰ ਤੁਸੀਂ ਵੀ ਦੇਖ ਸਕਦੇ ਆ ਉਹਨਾਂ ਨੂੰ ਵੀ ਇਹਨਾਂ ਦੇ ਘਰ ਗਏ ਮਿਲਾਇਆ ਛਗਨ ਮਗਨ ਕੀਤੇ ਸਟੈਪ ਵਾਈਜ਼ ਟੈਪ ਸਾਰਾ ਕੁਝ ਕੀਤਾ ਇਦਾਂ ਨਹੀਂ ਹੈ ਤੇ ਇਦਾਂ ਹੋਣੀ ਚਾਹੀਦੀ ਆ ਕਿਉਂਕਿ ਰਿਸ਼ਤੇ ਜਦੋਂ ਵੱਜਦੇ ਆ ਤੇ ਉਹਦੇ ਵਿੱਚ ਤੇੜੀ ਮਠਾਸ ਹੀ ਹੋਣੀ ਚਾਹੀਦੀ ਕੋਈ ਕੜੱਤੜ ਨਹੀਂ ਹੋਣੀ ਚਾਹੀਦੀ ਹਾਂ ਥੋੜੀਆਂ ਬਾਲੀਆਂ ਜਿਹੜੀਆਂ ਇਧਰ ਉਧਰ ਤੁਸੀਂ ਫਫਵਾਵਾ ਸੁਣਦੇ ਆ ਉਹਨਾਂ ਨੂੰ ਕਲੀਅਰ ਕਰਨ ਲਈ ਖੁਦ ਬਦਲ ਆਪਣੇ ਕੰਫੀਡੈਂਸ ਕਰੋ ਕਿ ਤੁਹਾਨੂੰ ਕੀ ਚੰਗਾ ਲੱਗਦਾ ਹਾਂ ਜੇ ਤੁਹਾਨੂੰ ਕੋਈ ਆ ਕੇ ਕਹਿ ਵੀ ਦਿੰਦਾ ਮੇਰੇ ਬਾਰੇ ਜਾਂ ਕੁਝ ਕਹਿ ਦੇਵੇ ਜਾਂ ਇਹਨਾਂ ਬਾਰੇ ਤਾਂ ਉਹ ਮੇਰਾ ਫਰਜ਼ ਬਣਦਾ ਕਿ ਮੈਂ ਖੁਦ ਦਾ ਡਿਸੀਜਨ ਹੋਣਾ ਚਾਹੀਦਾ ਕਿ ਮੈਂ ਕਿਸੇ ਦੀ ਕਿਉਂ ਸੁਣਾਂ ਸੋ ਇਦਾਂ ਦਾ ਜੇਨਾ ਨੇ ਵੀ ਗਾ ਮਿਲਣਾ ਮਤਲਬ ਸਮੇਂ-ਸਮੇਂ ਸਰ ਜਦਾਂ-ਜਦਾਂ ਵਾਰੀ ਆਉਂਦੀ ਆ ਤੇ ਉਹ ਜੀਵਨ ਸਾਥੀ ਚੁਣਨ ਲੱਗੇ ਖਾਸ ਖਿਆਰ ਰੱਖਿਆ ਕਰੋ ਤੇ ਆਪਣੇ ਵਿਚਾਰ ਉਹਨਾਂ ਨੂੰ ਦੱਸੋ ਪਰ ਇਹ ਰੱਬ ਦੀ ਗੱਲਾਂ ਹੀ ਹੁੰਦੀਆਂ ਹਨਾ ਮੈਂ ਤੇ ਵੈਸੇ ਪਰ ਹਾਂ ਸਜੋਗ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਧਰੋਂ ਸਜੋਗ ਲਿਕੇ ਹੁੰਦੇ ਆ ਕਹਿੰਦੇ ਇਦਾਂ ਆ ਤੇ ਹੁੰਦਾ ਵੀ ਇਦਾਂ ਹੀ ਆ ਮੇਰੇ ਕਹਿ ਬੈ ਲੋ ਇਦਾਂ ਨਹੀਂ ਲੱਗਦਾ ਮਤਲਬ ਕਿ ਇਨਸਾਨ ਸੋਚਦਾ ਕਿ ਇੱਕ ਹੀ ਗੱਲ ਹੋਈ ਕਿ ਸ਼ਾਦੀ ਹੋਈ ਡਿਵੋਰਸ ਹੋ ਜੇ ਤੇ ਉਹ ਕੀ ਨੈਗ ਸੰਯੋਗ ਲਿਖੇ ਪਰ ਹਰ ਇੱਕ ਦਾ ਸੰਯੋਗ ਸੰਯੋਗ ਦਾ ਮਤਲਬ ਇਹ ਨਹੀਂ ਕਿ ਹਸਬੰਡ ਵਾਈਫ ਦਾ ਸੰਯੋਗ ਹਣ ਲੋਕ ਮਿਲੇ ਆਪਾਂ ਮਿਲੇ ਆ ਮੈਂ ਪਰਾਈਆਂ ਉਹਨਾਂ ਸਾਰੇ ਮੈਂ ਆਪਣੇ ਦੋਸਤਾਂ ਲਈ ਪਰਾਈਆਂ ਹਨਾ ਮੇਰੇ ਦੋਸਤ ਪਰਾਈ ਨੇ ਤੋ ਇੱਕ ਸੰਯੋਗ ਆ ਤੇ ਮਿਲੇ ਆ ਨਾ ਕਿੰਨੇ ਲੋਕ ਜਿਹੜੇ ਜਿਨ੍ਹਾਂ ਦੇ ਮੈਂ ਨਾਂ ਦੱਸਦੀ ਨਹੀਂ ਆ ਮਤੇ ਕਿੰਨੇ ਨਾਮ ਆ ਜਿਹੜੇ ਮੈਂ ਉਂਗਲਾਂ ਤੇ ਗਿਣ ਕੇ ਤੁਹਾਨੂੰ ਦੱਸ ਦੇ ਲਈ ਨਹੀਂ ਹਾ ਨਾਮ ਮਤਲਕੇ ਮੈਂ ਅੰਗਿਨਤ ਲੋਕਾਂ ਦੇ ਨਾਲ ਆ ਮਿਲੂ ਕੋ ਉਸ ਜੋਗੀ ਨੇ ਸਭ ਮਤੇ ਕੋ ਸਾਰਿਆਂ ਦੇ ਨਾਲ ਨਾਲੇ ਦੋਸਤੋ ਜਿਹੜਾ ਰਿਸ਼ਤਾ ਜਦੋਂ ਪ੍ਰਮਾਤਮਾ ਨੇ ਕੋਈ ਸਹਯੋਗ ਮਿਲਾਇਆ ਹੁੰਦਾ ਸਾਡਾ ਉਦਾਂ ਵੀ ਅਸੀਂ ਦਬਾਬੇ ਦੇ ਕਰਕੇ ਸਾਡਾ ਢਿਲਮਾ ਤੋਂ ਅੱਗੇ ਕੋਈ ਰਿਸ਼ਤਾ ਨਹੀਂ ਸੀ ਪਹਿਲਾਂ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਮਾ ਉਦਾਂ ਅਸੀਂ ਅਮਰਸਰ ਬਾਬਾ ਬਕਾਲਾ ਤਰਨ ਤਾਰਨ ਸ਼ਟਾ ਸਾਹਿਬ ਬਾਬਾ ਬੁੱਢਾ ਜੀ ਦੇ ਬਹੁਤ ਮੈਂ ਛੋਟੇ ਹੁੰਦੇ ਸਾਡੀ ਗ੍ਰੈਂਡਮਾ ਮੈਨੂੰ ਲਿਜਾਂਦੀ ਹੁੰਦੀ ਸੀ ਇਦਾਂ ਹੀ ਸਾਡੇ ਪਿਤਾ ਜੀ ਦੱਸਦੇ ਕਿ ਮੈਨੂੰ ਹਰ ਇੱਕ ਦੇ ਬਦਲ ਇਦਾਂ ਹੀ ਜਿਦਾ ਅਸੀਂ ਮਾਪੇ ਬਣੇ ਆ ਇਦਾਂ ਹੀ ਸਾਡੇ ਮਾਪੇ ਨੇ ਵੀ ਸਾਨੂੰ ਕਿਤੇ ਨਾ ਕਿਤੇ ਲਿਆ ਹੁੰਦਾ ਮੇਰੇ ਡੈਡੀ ਜੀ ਦੱਸਦੇ ਕਿ ਤੁਹਾਨੂੰ ਅਸੀਂ ਇੱਥੇ ਅਰਦਾਸ ਕੀਤੀ ਅਨੰਦਪੁਰ ਸਾਹਿਬ ਤੋਂ ਅ ਅਰਦਾਸ ਕਰਕੇ ਜਦੋਂ ਤੂੰ ਪੈਦਾ ਹੋਇਆ ਤਾਂ ਅਸੀਂ ਇੱਥੇ ਆ ਕੇ ਆਉਂਦੇ ਹੁੰਦੇ ਸੀ ਤੇ ਇੱਥੋਂ ਸਾਡੀ ਸੁੱਖਣਾ ਪੂਰੀ ਹੋਈ ਇਸੇ ਤਰ੍ਹਾਂ ਹੀ ਗਾਂ ਤੋਂ ਗਾਂ ਜਿੱਦਾਂ ਆਪਣੀ ਰੌ ਰੀਤਾਂ ਚੱਲੀਆਂ ਆਪਣਾ ਮਾਂ ਨੇ ਜਿੱਥੇ ਵੱਜਦਾ ਤਾਂ ਆਪਾਂ ਇਦਾਂ ਕਰਦੇ ਆ ਸਾਰੇ ਤੁਸੀਂ ਅਸੀਂ ਕਰਦੇ ਹੀ ਆ ਤੇ ਇਸੇ ਤਰ੍ਹਾਂ ਹਾਂ ਸਾਡਾ ਰਿਸ਼ਤਾ ਗਦੀ ਮਤਲਬ ਪਹਿਲਿਆਂ ਜਿਉਂ ਵੀ ਜਿਹੜੀਆਂ ਤਿੰਨ ਚਾਰ ਪੀੜੀਆਂ ਦਾ ਮੈਨੂੰ ਜਿਨ੍ਹਾਂ ਦੀ ਨੌਲੇਜ ਆ ਵੀ ਬਾਬੇ ਪਰਦਾ ਦੇ ਤੋਂ ਸਾਡੇ ਟੈਲ ਮਾ ਤੋਂ ਅੱਗੇ ਨਹੀਂ ਸੀ ਕੋਈ ਗਾਂ ਗਾਂ ਮਤਲਬ ਕੋਈ ਦਾ ਰਿਸ਼ਤਾ ਬਣਿਆ ਪਰ ਇਹ ਬਣਿਆ ਤੇ ਚੱਲ ਚੱਕ ਬਾਰਡਰ ਤੇ ਹੀ ਬਣ ਗਿਆ ਇਹ ਸੁਜੋਗ ਦੀ ਗੱਲ ਹੋਈ ਨਾ ਤੇ ਇਹ ਪ੍ਰਮਾਤਮਾ ਨੇ ਕੁਝ ਲਿਖਿਆ ਸੀਗਾ ਤੇ ਉਹ ਕੋਈ ਇਦਾਂ ਹੀ ਹੋਇਆ ਫਿਰ ਦੂਜਾ ਇਹ ਆ ਕਿ ਹਾਂ ਉਹਦਾ ਜੇ ਸਹਿਯੋਗ ਵੰਡ ਤੋਂ ਪਹਿਲਾਂ ਵੀ ਕੁਝ ਨਾ ਕੁਝ ਇਦਾਂ ਮਤਲਬ ਜਦੋਂ ਮੈਂ ਵੀ ਆਇਆ ਪਹਿਲੀ ਵਾਰੀ ਮੈਂ ਵੀ ਪਨਾਮਾ ਦੇ ਵਿੱਚ ਹੀ ਪਹਿਲਾ ਲੱਗਾ ਸੀ ਔਰ ਪਰ ਮੈਂ ਆਇਆ ਨਹੀਂ ਹੁੰਦੇ ਮੈਂ ਤਾਂ ਫਿਰ ਸਦਾ ਹੀ ਯੂ ਐਸ ਏ ਆ ਗਿਆ ਪਰ ਹਾਂ ਕੁਝ ਗੱਲਾਂ ਇਹਨਾਂ ਦੀਆਂ ਤੋਂ ਪਤਾ ਲੱਗਦਾ ਮੈਂ ਕਹਿੰਦਾ ਸਹਿਯੋਗ ਕੁਝ ਨਾ ਕੁਝ ਪਰਮਾਤਮਾ ਨੇ ਲਿਖੇ ਹੀ ਹੁੰਦੇ ਤੁਹਾਨੂੰ ਨੇੜੇ ਤੋਂ ਨੇੜੇ ਕਰਦਾ ਹੀ ਆ हां जी जसपालੋਗੇ ਮੈਂ ਵੀ ਪਨਾਮਾ ਚ ਪਹਿਲਾਂ ਸੋਚਿਆ ਜਿਵੇਂ ਤੁਹਾਨੂੰ ਪਤਾ ਨਹੀਂ ਸਾਰੇ ਇਮੀਗ੍ਰੈਂਟ ਇੱਥੇ ਆਏ ਹੋਏ ਆ ਕੋਈ ਇੱਥੇ ਸਾਡੀ ਨਾਨੀ ਨਾ ਨਾ ਦਾਦੀ ਦਾਦਾ ਤੇ ਬੈਠੇ ਨਹੀਂ ਜਿਨ੍ਹਾਂ ਸਾਨੂੰ ਵਿਜੇ ਭੇਜੇ ਅਸੀਂ ਸਾਰੇ ਸਟਰਗਲ ਕਰਕੇ ਆਏ ਹੋਏ ਆ ਜਸਪਾਲ ਆਇਆ ਸਟਰਗਲ ਕਰਕੇ ਮੈਂ ਸਟਰਗਲ ਮिन्नੂ ਵੀ ਕਿਸੇ ਨੇ ਅਮਰੀਕਾ ਚ ਨਹੀਂ ਸੱਦਿਆ ਅਸੀਂ ਖੁਦ ਆਏ ਹੈਗੇ ਆਪਣੇ ਆਪ ਪਹੁੰਚੇ ਗਏ ਤੇ ਇੱਥੇ ਕੋਈ ਲੋਕ ਕਹਣਗੇ ਉਹ ਤਾਂ ਇਮੀਗ੍ਰੇਸ਼ਨ ਉਹ ਹੀ ਜਿਹੜੇ ਚੋਰ ਹੁੰਦੇ ਆ ਖੋਦੀ ਆ ਨਾ ਦੂਸਰੇ ਨੂੰ ਡਰਾਵੇ ਦੇ ਲਾ ਪੈਂਦੇ ਆ ਹਰ ਕੋਈ ਇੱਥੇ ਸਟ੍ਰਗਲ ਨਹੀਂ ਪਹੁੰਚਿਆ ਇਸ ਅਮਰੀਕਾ ਵਿੱਚ ਤੁਹਾਨੂੰ ਕਿਸੇ ਵੀ ਪ੍ਰੈਜ਼ੀਡੈਂਟ ਨੇ ਨਹੀਂ ਭੇਜਿਆ ਹੈਗਾ ਸੱਦਾ इवन ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਪ੍ਰੈਜ਼ੀਡੈਂਟ ਐਮ ਐਲ ਏ ਜਾਂ ਐਮ ਪੀ ਕੋਈ ਵੀ ਆ ਉਹ ਸਾਰੇ ਇੱਥੇ ਦੇ ਇਮੀਗਰੈਂਟ ਹੀ ਬਣੇ ਆ ਬਾਅਦ ਵਿੱਚ ਬਣੇ ਕੋਈ ਨਹੀਂ ਉਹਨਾਂ ਦੇ ਪਿਓ ਦੀ ਜੱਦੀ ਜਾ ਨਹੀਂ ਸਾਰੇ ਇੱਥੇ ਇਹ ਤਾਂ ਲੋਕ ਆ ਕੇ ਦੂਸਰਾ ਜਿਹੜਾ ਵਾ ਜਿੰਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਵੀਕਨੈਸ ਦਾ ਕੇ ਤੁਹਾਡੀ ਇਮੀਗਰੈਂਟ ਕਿ ਤੁਸੀਂ ਇੱਥੇ ਦੇ ਬੌਰਨ ਮੈਂ ਆ ਤੇ ਇੱਥੋਂ ਦੀ ਬੌਰਨ ਨਹੀਂ ਆ ਨਾ ਮੈਂ ਆਪਣੇ ਹਸਬੰਦ ਦੇ ਥਰੂ ਆਈ ਆ ਮਤੇ ਕਿ ਆਇਆ ਆਪਣੇ ਸਿਰਬ ਸਿਰ ਜਿਹੜੇ ਜਿਹੜੇ ਦੂਸਰੇ ਹੁੰਦੇ ਆ ਲਾਨਤੀ ਲੋਕ ਉਹ ਤੁਹਾਨੂੰ ਆ ਕੇ ਤੇ ਇੱਥੇ ਟੌਣ ਖਿਦੇ ਆ ਉਹ ਅਹੀਂ ਦੱਸਾਂ ਉਹ ਚੀਜ਼ਾਂ ਖਤਮ ਉਹ ਜਿਨ੍ਹਾਂ ਨੂੰ ਮਗਲ ਉਹਦੇ ਹੀ ਚੜੇ ਤੇ ਇੱਥੇ ਉਤਰ ਗਏ ਉਹਨਾਂ ਨੂੰ ਕੋਈ ਵੈਲਿਊ ਨਹੀਂ ਹੁੰਦੀ ਉਹ ਜਿਨ੍ਹਾਂ ਨੂੰ ਹਾਂ ਜਿਨ੍ਹਾਂ ਨੂੰ ਬਾਅਦ ਚ ਤੁਸੀਂ ਲੈਂਦੇ ਉਹਨਾਂ ਨੂੰ ਵੈਲਿਊ ਨਹੀਂ ਦੂਸਰੇ ਉਹ ਜਿਹੜੇ ਖੁਦ ਚੋਰ ਵੀ ਹੁੰਦੇ ਆ ਉਹ ਵੀ ਤੋਂ ਮੂੰਹ ਫਟ ਕੇ ਲੋਕਾਂ ਨੂੰ ਬੋਲਾ ਤੁਹਾਨੂੰ ਕਹਿੰਦੇ ਤਾਂ ਚੇਤਾ ਹੀ ਭੁੱਲ ਜਾਂਦਾ ਕਿ ਹੋ ਮੈਂ ਇੱਥੇ ਕਿਵੇਂ ਆਇਆ ਵਾ ਮੈਂ ਤਾਂ ਇਹ ਜਾਦ ਰੱਖਿਆ ਕਰੋ ਕਿ ਤੁਸੀਂ ਇਸ ਮੁਲਕ ਦੇ ਵਿੱਚ ਆਇਓ ਆਪਣੇ ਦੇਸ਼ ਦੀ ਇੱਜ਼ਤ ਕਰੋ ਹਨਾ ਜਿਸ ਮੁਲਕ ਚ ਆਇਓ ਉਸ ਦੀ ਇੱਜ਼ਤ ਕਰੋ ਜਿਹੜੇ ਹੋਰ ਇਮੀਗਰੈਂਟ ਆ ਉਹਨਾਂ ਦੀ ਇੱਜ਼ਤ ਕਰੋ ਔਰ ਜਿਨ੍ਹਾਂ ਨੇ ਤੁਹਾਨੂੰ ਸੱਦਿਆ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਨੂੰ ਡਰਾਵੇ ਦੇਣ ਲੱਪੈਣਗੇ ਉਹ ਪਰਮਾਤਮਾ ਦਾ ਸ਼ੁਕਰ ਕਰੋ ਕਿ ਤੈਨੂੰ ਵੀ ਰੋਟੀ ਮਿਲਣ ਦੀ ਹੈ ਤੁਸੀਂ ਹੋਰ ਵੀ ਦਸਾਂ ਨੂੰ ਖਵਾਉਣ ਜੋਗੇ ਹੋਏ ਹੋ ਉਹ ਉਹ ਐਦਾਂ ਗੱਲ ਕਰਦੇ ਆ ਵੀ ਜਿੱਦਾਂ ਅਸੀਂ ਕਿ ਇਹਨੂੰ ਵਾਰਨਿੰਗ ਵੀ ਅੱਜ ਅਸੀਂ ਪ੍ਰੈਜ਼ੀਡੈਂਟ ਬਣ ਗਏ ਆ ਬਣ YouTube ਤੇ ਉੱਤੇ ਹੀ ਬੜੀ ਤੰਗ ਸੋਚ ਆ ਤੰਗ ਸੋ YouTube ਤੇ ਇਹ ਮੈਨੂੰ ਮੈਨੂੰ ਡਰਾਉਂਦਾ ਹੀ ਕਿ ਹਾਂ ਤੂੰ ਮੈਂ ਹਾਂ ਮੈਂ ਬਹੁਤ ਜਾਣਿਆਂ ਨੂੰ ਸੱਦਿਆ ਮੈਂ ਤੇ ਦੱਸਣ ਲਈ ਯਾਰ ਉਹ ਮੈਂ ਤੇ ਬੁੱਕ ਲਿਖ ਦੇਣੀ ਆ ਤੁਸੀਂ ਵਕੀਲ ਕੀ ਹਾਰ ਕਰਨਾ ਮੈਂ ਤੇ ਬਹੁਤ ਕੋਸ਼ਿਸ਼ ਕਰ ਦੇਣਾ ਵਾਂ ਤੇ ਮੈਂ ਨਾਲ ਡਰਦੀ ਨਹੀਂ ਆ ਪਿਆਰੇ ਦੋਸਤੋ ਕਹੇ ਤਾਂ ਡਰਦੀ ਲੋੜ ਨਹੀਂ ਜੇ ਕਰਮ ਕਰਦੇ ਕਰਦੇ ਤੇ ਚੰਗੇ ਕਰਮ ਕਰੋ ਹਾਂ ਕਦੀ ਨਾ ਕਿਸੇ ਤੋਂ ਡਰੋ ਮਤਲਬ ਅਸੀਂ ਹੁਣ ਹੁਣ ਟੋਪਿਕ ਹੈਗਾ ਸਾਡਾ ਉਹ ਮਸੂਮੀਅਤ ਦਾ ਘਾਤ ਨਿਕਲ ਗਿਆ ਇਹ ਉਹਨਾਂ ਦੀਆਂ ਥੋੜੀਆਂ ਜਿਹੜੀਆਂ ਛੁਰੀਆਂ ਆਈਆਂ ਉਹਨਾਂ ਦੀ ਗੱਲ ਦੱਸਣੀ ਕਿ ਇਮੀਗ੍ਰੈਂਟ ਲੋਕ ਅਹੀਂ ਕਿਵੇਂ ਆਏ ਸਟਰਗਲ ਕਰੇ ਤੇ ਜਿਸਪਾਲ ਚਲੋ ਮਜ਼ਾਕ ਦੀ ਗੱਲ ਕਰਦੇ ਹਾਂ ਜਿਸਪਾਲ ਨੇ ਮੈਨੂੰ ਬਹੁਤ ਵਾਰੀ ਹੁਣ ਵੀ ਕਹਿਣਾ ਮੇਰੇ ਨਾਲ ਪਨਾਮਾ ਵੀ ਪਹਿਲਾਂ ਭੰਡਿਆ ਹੈ ਮੈਂ ਉੱਥੇ ਹੋਣਾ ਹੀ ਤੇ ਮੈਂ ਕਿਹਾ ਜਾਨੂ ਉੱਥੇ ਤੇ ਬਹੁਤ ਸਾਰੇ ਮੁੰਡੇ ਆਏ ਸੀ ਤੇ ਮੈਂ ਕਦੀ ਕਿਹੇ ਵੱਲ ਚਾਹ ਕੇ ਨਹੀਂ ਵੇਖਿਆ ਕਿ ਉੱਥੇ ਕੌਣ ਆ ਕੌਣ ਨਹੀਂ ਕਿਉਂਕਿ ਮੈਂ ਇੱਕ ਮੇਰੇ ਮੈਂ ਤਾਂ ਦੱਸਿਆ ਨਾ ਵੀ ਮੇਰੀ ਸੋਚ ਹੀ ਨਹੀਂ ਮਤਲਬ ਜੇ ਸੋਚ ਹੁੰਦੀ ਮਤਲਬ ਮੇਰਾ ਨਹੀਂ ਕੰਮ ਕਰਦਾ ਪੂਰੀ ਤਾਂ ਮੈਂ ਰਾਮਨਾਥਲੇ ਸਿਰ ਝਟ ਕੇ ਪਈ ਰਹੀ ਨਹੀਂ ਹਜੇ ਉਸ ਚੀਜ਼ ਨੂੰ ਮੈਨੂੰ ਹੁੰਦਾ ਬਾਕੀ ਦੋਸਤੋ ਇਹ ਗੱਲ ਆ ਕਿ ਜਿਹੜੀ ਟਰਸਟ ਹੁੰਦਾ ਨਾ ਜਿੱਦਾਂ ਹੁਣ ਇਹ ਤਾਂ ਹੈ ਨਹੀਂ ਕੋਈ ਬੰਦਾ ਜਾਂ ਜਨਾਨੀ ਜਦੋਂ ਹਸਬੈਂਡ ਵਾਈਫ ਵਿਆਹੇ ਗਏ ਤੋ ਮਤਲਬ ਬਾਹਰ ਨਹੀਂ ਜਾ ਸਕਦੇ ਬਾਜ਼ਾਰ ਨਹੀਂ ਜਾ ਸਕਦੇ ਜਾਂ ਕਿਸੇ ਮੇਲੇ-ਗੇਲੇ ਨਹੀਂ ਜਾ ਸਕਦੇ ਜਾਂ ਕਿਸੇ ਬੰਦੇ ਨਾਲ ਜਨਾਨੀ ਗੱਲ ਨਹੀਂ ਕਰ ਸਕਦੀ ਜਾਂ ਬੰਦਾ ਜਨਾਨੀ ਨਾਲ ਗੱਲ ਨਹੀਂ ਕਰ ਸਕਦਾ ਇਹ ਤੰਗ ਵਿਚਾਰ ਆ ਮਤਲਬ ਇੱਕ ਦੂਏ ਤੇ ਤੁਹਾਨੂੰ ਇਹਨਾ ਕੌਨਫੀਡੈਂਸ ਹੋਣਾ ਚਾਹੀਦਾ ਤੁਸੀਂ ਨਾ ਬੰਦਾ ਜਨਾਨੀ ਦੀ ਰਾਖੀ ਕਰ ਸਕਦਾ ਨਾ ਜਨਾਨੀ ਬੰਦੇ ਦੀ ਰਾਖੀ ਕਰ ਸਕਦੀ ਹੈ ਇੱਕ ਸਿਰਫ ਤੁਹਾਡੇ ਆਪਣਾ ਟਰਸਟ ਹੋਣਾ ਚਾਹੀਦਾ ਔਰ ਇੰਨੇ ਉੱਚੇ ਤੇ ਸੁੱਚੇ ਵਿਚਾਰ ਪ੍ਰਦੀਪ ਜੀ ਦੇ ਮੈਂ ਤਾਂ ਹੈਰਾਨ ਆ ਕਿ ਮਤਲਬ ਇਹ ਪਰਮਾਤਮਾ ਨੇੜੇ ਹੋ ਕੇ ਸੁਣੇ ਕਿ ਇਹਨਾਂ ਦਾ ਸਾਰਾ ਕੁਝ ਵਧੀਆ ਮਤਲਬ ਜ਼ਿੰਦਗੀ ਰਹਿੰਦੀ ਜਿਹੜੀ ਆ ਗੁਜਰੇ ਔਰ ਤੰਦਰੁਸਤ ਰਹਿਣ ਔਰ ਉੱਚੇ ਤੇ ਸੁੱਚੇ ਖਿਆਲਾਂ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਤੇ ਆਪਣੀ ਜ਼ਿੰਦਗੀ ਨੂੰ ਐਵਰੀ ਡੇ ਡੇ ਬਾਈ ਡੇ ਮਤਲਬ ਅੱਗੇ ਵਧਦੇ ਜਾਣ ਤੇ ਇੰਨੀਆਂ ਛਾਈਆਂ ਨੂੰ ਛੂ ਜਾਣ ਕਿ ਲੋਕਾਂ ਜਿਹੜੇ ਮਾੜੇ ਮੋੜੇ ਤੰਗ ਦੇ ਲਈ ਲੋਕ ਕੁਛ ਇਹਨੂੰ ਤਰਕਾਂ ਲਾਉਂਦੇ ਜਾਂ ਕੁਛ ਕਰਦੇ ਆ ਉਹਨਾਂ ਦੇ ਮੂੰਹ ਬੰਦ ਹੋ ਜਾਣ ਸੋ ਪਲੀਜ਼ ਸਾਰੇ ਜਾਣੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਜਾਂ ਮੇਰੀ ਉਮਰ ਦੇ ਜਾਂ ਮੈਂ ਤੋਂ ਵੱਡੇ ਜਾਂ ਛੋਟੇ ਜਾਂ ਸਾਡੇ ਬੱਚਿਆਂ ਵਰਗੇ ਇਹ ਨਹੀਂ ਕਿ ਇਹਨਾਂ ਦਾ ਹੀ ਹੋਰ ਵੀ ਜਿਹੜੇ ਮਤ ਚੰਗੇ ਕਰਮ ਕਰ ਰਹੇ ਆ ਜਾਂ ਆਦਮੀ ਆ ਜਾਂ ਔਰਤ ਆ ਜਾਂ ਲੜਕੀ ਆ ਜਾਂ ਲੜਕਾ ਆ ਚੰਗੇ ਵਿੱਚ ਕੰਮ ਕਰਨ ਨਾਲ ਤੁਸੀਂ ਅਗਾਹ ਵਾਦੇ ਜਾਓ ਆਪਣੇ ਉੱਚੇ ਤੇ ਸੁੱਚੇ ਖਿਆਲਾਂ ਨਾਲ ਜ਼ਿੰਦਗੀ ਨੂੰ ਨਿਭਾਓ ਤਦੇ ਤੁਹਾਡਾ ਪਰਮਾਤਮਾ ਵੀ ਨੇੜੇ ਹੋ ਕੇ ਤੁਹਾਡੀ ਸੁਣੂਗਾ ਇਹ ਨਹੀਂ ਕਿ ਨਹੀਂ ਸੁਣੂਗਾ ਇੱਕ ਦਿਨ ਜ਼ਰੂਰ ਸੁਣੂਗਾ ਤੇ ਪਨਾਮਾ 'ਚ ਮੈਂ ਉਹੀ ਦੱਸਣ ਲਈਏ ਅਸੀਂ ਗੁਰਦੁਆਰਾ ਸਾਹਿਬ ਜਾਣਾ ਘਰ ਜਾਣਾ ਜਾਂ ਕੁਝ ਵੀ ਆ ਸਾਰਾ ਮਹੱਲਾ ਗਵਾਹ ਹੈਗਾ ਵਾ ਕਿ ਮੈਂ ਤੇ ਮੈਂ ਜਸਵੰਤ ਦੱਸ ਨਹੀਂ ਮੈਂ ਕਿਹਾ ਜਾਨੂ ਜੇ ਤੁਸੀਂ ਉੱਥੇ ਆਉਂਦੇ ਤੇ ਮੈਂ ਤੇ ਵੇਖਣਾ ਵੀ ਨਹੀਂ ਹਾਂ ਬਹੁਤ ਸਾਰੇ ਲੜਕੇ ਆਉਂਦੇ ਆਏ ਉਹ ਕਰ ਵੀ ਆਉਂਦੇ ਹੀ ਸਾਰਿਆਂ ਨਾਲ ਗੱਲਬਾਤ ਕਰਦੇ ਪਰ ਬਹੁਤ ਜ਼ਿਆਦਾ ਲੋਕ ਹਨਾ ਉੱਥੇ ਉਹ ਤਾਂ ਇਜ਼ੀ ਵੀਜ਼ਾ ਮਿਲ ਜਾਂਦਾ ਹੁੰਦਾ ਹੈ ਉਹ ਮੇਨ ਸੀ ਹਾਂ ਮੈਂ ਮਤ ਕਿ ਪਨਾਮਾ ਥਾਣੀ ਲੋਕਾਂ ਦਾ ਇੱਥੇ ਪਹੁੰਚਣਾ ਇਜ਼ੀ ਹੋ ਜਾਂਦਾ ਹੈ ਅਮਰੀਕਾ ਦੇ ਵਿੱਚ ਤੇ ਇਸ ਕਰਕੇ ਉੱਥੇ ਬਹੁਤ ਲੋਕ ਆਉਂਦੇ ਮੈਂ ਕਿਹਾ ਜਾਨੂ ਉੱਥੇ ਨਹੀਂ ਬੋਲੇ ਚੰਗਾ ਹੀ ਹੋਇਆ ਤੁਸੀਂ ਉੱਥੇ ਨਹੀਂ ਮਿਲੇ ਮਤਾਗਾ ਹੀ ਇੱਕਦਮ ਵਿਲੇ ਹੋ ਕੇ ਇੱਕ ਦੂਜੇ ਤੋਂ ਹਨਾ ਇੱਕਦਮ ਫਰੀ ਹੋ ਕੇ ਤੇ ਫੇਰ ਹੀ ਇੱਕ ਦੂਜੇ ਰੰਗ ਡਾਇਡ ਮਤਾਗੇ ਮਿਲੇ ਆ ਗਏ ਆ ਇਹ ਉੱਥੇ ਪਰ ਜਨੂ ਤੂੰ ਮੇਰੀ ਸੀ ਮੇਰੇ ਕੋਈ ਹੋਣਾ ਸੀ ਆਏ ਰੇ ਥੈਂਕ ਯੂ ਉਹ ਗੱਲ ਤੱਕ ਤੇ ਰੱਬ ਨੂੰ ਗਲਤੀ ਲੱਗ ਗਈ ਹਮਮ ਹੋਰ ਸੁਣਾਓ ਉਹ ਸਭ ਠੀਕ ਹੈ ਮੈਂ ਆਪਣੀ ਦੱਸੇ ਤੂੰ ਹੀ ਦੱਸਿਆ ਸੀ ਨਾ ਤੂੰ ਹੀ ਪਰ ਜਨੂ ਮੈਨੂੰ ਉਹ ਨਾਮ ਬਹੁਤ ਜ਼ਿਆਦਾ ਰਹਿਣਾ ਹੁੰਦਾ ਖੁਸ਼ਬੂ ਖਸ਼ਬੂ ਹਾਂਜੀ ਖਸ਼ਬੂ ਮੈਂ ਤਾਂ ਨਾ ਪੜਖੀ ਮੈਂ ਤੇ ਤੈਨੂੰ ਇਹ ਨਹੀਂ ਕਹਿੰਦੇ ਖਸ਼ਬੂ ਕੌਣ ਆ ਮਤਲਬ ਕਿ ਥੋੜਾ ਜਿਆਦਾ ਮੰਨੂ ਉਦੋਂ ਲੱਗਦਾ ਪਰ ਪਰ ਖਸ਼ਬੂ ਨਾ ਆਏ ਤਾਂ ਉਹ ਮਤਲਬ ਕੋਈ ਵੀ ਨਾ ਕਸ਼ਬੂ ਪਤਾ ਨਹੀਂ ਦੋਸਤੋ ਮੈਂ ਕਸ਼ਬੂ ਨਾ ਕਿਉਂ ਤੇਰਾ ਕਿਹਾ ਹੁਣ ਤੇਰੇ ਸਾਹਮਣੇ ਮੈਂ ਆਪਣਾ ਰੀਜਨਲ ਨਾਂ ਰੱਖਦੀ ਆ ਆਪਣਾ ਘਰ-ਬਾਰ ਦੱਸਦੀ ਆ ਕਿੱਥੇ ਬੈਠੀ ਹੈ ਗਈਆਂ ਕਿਉਂ ਹੁਣ ਜਿਵੇਂ ਤੁਹਾਨੂੰ ਮੈਂ ਇਹ ਦੱਸਿਆ ਕਿ ਮੇ ਕੋ ਕੁਝ ਬਚਾਉਣ ਲਈ ਨਹੀਂ ਰਿਹਾ ਜਾਂ ਤਾਂ ਆਵਾ ਜਾਂ ਕੀ ਆ ਮੈਨੂੰ ਨਹੀਂ ਪਤਾ ਇਹ ਗੱਲਾਂ ਦਾ ਪਰ ਉਸ ਟਾਈਮ ਮੈਂ ਹਨਾ ਉਸ ਟਾਈਮ ਮੈਂ ਆਪਣੀ ਮੇਰੀ ਪ੍ਰਾਈਵੇਸੀ ਕਾਫੀ ਹਨਾ ਪ੍ਰੋਟੈਕਟ ਸੀ ਕਿ ਪਰ ਮੈਂ ਕਸ਼ਬੂ ਮੈਨੂੰ ਸੋਣਾ ਲੱਗਾ ਤੇ ਮੈਂ ਆਪਣਾ ਪ੍ਰਦੀਪ ਕਿਉਂ ਨਹੀਂ ਚੁਣਿਆ ਨਾ ਕਸ਼ਬੂਰ ਕਿਆ ਦੋਸਤੋ ਸਮਾਂ ਦੇਖ ਲੋ ਕਿੰਦੀ ਜਲਦੀ ਲੰਘ ਜਾਂਦਾ ਲੱਗਦਾ ਤਾਂ ਹੁਣ ਜਿਹਦੀਆਂ ਗੱਲਾਂ ਹਾਂ ਹਾਂ ਪਰ ਐਦਾਂ ਹਾਂ ਦੂਸਰਾ ਮੈਂ ਇਹਨਾਂ ਦੇ ਮਤਲਬ ਜਿਹੜੇ ਤੁਸੀਂ ਹੁਣ ਕਹਿਣਾ ਇਹਦੀ ਸਿਫਤ ਕਰੀ ਜਾਂਦਾ ਪਰ ਕਰਾਂ ਕਿ ਕਿਉਂਕਿ ਇਹਨਾਂ ਦੇ ਵਿਚਾਰ ਜਿਹੜੇ ਆ ਮੇ ਤੋਂ ਵੀ ਉੱਚੇ ਤੇ ਸੁੱਚੇ ਆ ਜਦੋਂ ਵੀ ਅਸੀਂ ਕਿਤੇ ਪਲਾਨ ਬਣਾਉਂਦੇ ਆ ਕੋਈ ਵਕੇਸ਼ਨ ਦਾ ਜਾਂ ਕੋਈ ਇਹਨਾਂ ਦਾ ਇਹੀ ਹਮੇਸ਼ਾ ਤੱਕਿਆ ਹੁੰਦਾ ਕਿ ਆਪਾਂ ਅ ਕਿਸੇ ਧਾਰਮਿਕ ਜਗ੍ਹਾ ਤੇ ਜਲੀਏ ਉਥੇ ਆਪਾਂ ਹਿਸਟੋਰੀਕਲ ਜਿਹੜਾ ਉਹ ਜਿੱਦਾ ਗੁਰੂ ਨਾਨਕ ਦੇਵ ਜੀ ਦਾ ਸੀਗਾ ਪਾਕਿਸਤਾਨ 'ਚ ਇਸੇ ਤਰ੍ਹਾਂ ਹੀ ਆ ਆਪਣੇ ਇਹ ਖੀਮਕੁੰਟ ਵੀ ਗਏ ਆ ਤ ਸਮਾਂ ਮੈਂ ਮਿੱਤੋ ਨਹੀਂ ਜਾ ਹੋਇਆ ਉਦੋਂ ਇਹ ਇਕੱਲੇ ਗਏ ਸੀਗੇ ਇਹਨਾਂ ਦੇ ਕੋਈ ਇੰਡੀਆ 'ਚ ਕੰਮ ਸੀ ਉਦੋਂ ਤੇ ਪਰ ਹਾਂ ਮੇਰਾ ਵੀ ਮਨ ਇਹ ਸਾਡਾ ਜਦੋਂ ਇਹਨਾਂ ਨੇ ਗੱਲ ਕਹਤੀ ਤੇ ਮੇਰਾ ਵੀ ਇਹ ਮਨ ਹੁੰਦਾ ਵੀ ਆ ਆਪਾਂ ਇਹ ਜ਼ਰੂਰ ਜਾਈਏ ਤੇ ਕਿਉਂਕਿ ਜਦੋਂ ਤੁਸੀਂ ਚੰਗੇ ਖਿਆਲ ਨਾਲ ਚੰਗੇ ਵਿਚਾਰਾਂ ਨੂੰ ਤੁਰਦੇ ਆ ਤਾਂ ਪਰਮਾਤਮਾ ਆਪੇ ਰਸਤੇ ਵੀ ਖੋਲ ਦਿੰਦਾ ਤੁਹਾਨੂੰ ਪਛਾਹ ਵੀ ਦਿੰਦਾ ਤੇ ਸਾਰੇ ਕਾਰਜ ਸੁੱਧ ਹੋ ਜਾਂਦੇ ਆ ਪਰ ਥੋੜਾ ਜਿਹਾ ਅੰਦਰੋਂ ਮਨ ਸਾਫ਼ ਕਰਨਾ ਚਾਹੀਦਾ ਕਿਉਂ ਇਹ ਬਲਬਲੇ ਖੰਦਾ ਰਹਿੰਦਾ ਇਹਨੂੰ ਜ਼ਰੂਰ ਸਾਫ਼ ਕਰੋ ਆਦ ਵਾਲਾ ਸਾਫ਼ ਰੱਖੋ ਹਾਂ ਦੁਨੀਆ ਦੇ ਵਿਚਰਦੇ ਇਹ ਤਾਂ ਹੈ ਨਹੀਂ ਵੀ ਸਾਰੇ ਤੁਹਾਨੂੰ ਲੋਕ ਚੰਗੇ ਹੀ ਮਿਲਣੇ ਕੁਝ ਜਾਂ ਅਸੀਂ ਨਾ ਗਲਤੀਆਂ ਕਰੀਏ ਅਸੀਂ ਵੀ ਗਲਤੀਆਂ ਦੇ ਪੁੱਤ ਲਿਆ ਨਾ ਇਨਸਾਨ ਸਾਰੇ ਗਲਤੀਆਂ ਕਰਦੇ ਰਹਿੰਦੇ ਆ ਫਿਰ ਉਹਨਾਂ ਨੂੰ ਸੁਧਾਰਦੇ ਰਹਿੰਦੇ ਆ ਪਰ ਉਹ ਜੇ ਗਲਤੀ ਕਰਦਾ ਜੇ ਉਹਨੂੰ ਇਨਸਾਨ ਨੂੰ ਪਤਾ ਲੱਗ ਜਾਂਦਾ ਨਾ ਜਾਣੇ ਨਹੀਂ ਜਾਣੇ ਚ ਗਲਤੀਆਂ ਹੁੰਦੀਆਂ ਰਹਿੰਦੀਆਂ ਪਰ ਜਦੋਂ ਤੁਹਾਡੇ ਕੋਲ ਬਾਰ ਬਾਰ ਗਲਤੀ ਨਹੀਂ ਕਰਨੀ ਚਾਹੀਦੀ ਜਿਹੜੀ ਹੋ ਗਈ ਉਹਦੀ ਮਾਫੀ ਮੰਗ ਕੇ ਤੇ ਉਹਨੂੰ ਅੱਗੇ ਤੁਰ ਜਾਓ ਦੈਟਸ ਇਟ ਪਰਮਾਤਮਾ ਦਾ ਵੀ ਇਹੀ ਸੂਲ ਹੈ ਜਦੋਂ ਕੋਈ ਵੀ ਧਰਤੀ ਤੇ ਆਇਆ ਇਨਸਾਨ ਤੇ ਹੈ ਹੀ ਸ਼ੈਤਾਨ ਦਾ ਰੂਪ ਹੈ ਇਹਦੇ ਚ ਪਤਾ ਨਹੀਂ ਕਿੰਨੇ ਸਾਰੇ ਸ਼ੈਤਾਨ ਦੇ ਰੂਪ ਹੈ ਕਿੰਨੇ ਬਲਬਲੇ ਉੱਠਦੇ ਕਿੰਨੀ ਵਾਰ ਕਿੰਨੇ ਬਲਬਲੇ ਉੱਠੇ ਕਿੰਨੀ ਵਾਰ ਅਸੀਂ ਆਪਣੀ ਰੀਤ ਤੇ ਜਾਂਦੇ ਹੋਏ ਪਟਕੇ ਆ ਸਾਰੇ ਹਰ ਇਨਸਾਨ ਦੀ ਆਪਣੀ ਇੱਕ ਬਹੁਤ ਵੱਡੀਆਂ ਕਹਾਣੀਆਂ ਨੇ ਹਣਾ ਹਰ ਜਿੰਦ ਤੁਹਾਡੀ ਆ ਤੁਹਾਡੀ ਆਪਣੀ ਇੱਕ ਕਹਾਣੀ ਮੇਰੀ ਆਪਣੀ ਜ਼ਿੰਦਗੀ ਦੀਆਂ ਸ਼ਾਦੀ ਤੋਂ ਇਲਾਵਾ ਕਈ ਕਹਾਣੀਆਂ ਨੇ ਮੈਂ ਤੇ ਕਹੇ ਇਨਸਾਨ ਪਟਰੀ ਤੇ ਜਾਂਦਾ ਆ ਜਦ ਮੈਨੂੰ ਲੱਗਦਾ ਪਰ ਇਨਸਾਨ ਉਹ ਹੀ ਕਿ ਜਿਹੜਾ ਆਪਣਾ ਅੰਦਰ ਸਾਫ਼ ਰੱਖੇ ਫੇਰ ਉੱਠੇ ਫੇਰ ਆਪਣੇ ਆਪ ਨੂੰ ਝਾੜੇ ਸਾਫ਼ ਸੁਥਰਾ ਕਰੇ ਤੇ ਉਹਨੂੰ ਆਪਣੇ ਆਪ ਨੂੰ ਨਰਕ ਚ ਨਾ ਡੁੱਬਣ ਦੇਵੇ ਫੇਰ ਲੈਣ ਤੇ ਚੱਲ ਜੇ ਤੇ ਰੱਬ ਵੀ ਬਾਹ ਫੜ ਲੈਂਦਾ ਨਿਤੇ ਹਨਾ ਨਿਤੇ ਇਹ ਵੀ ਜੇ ਤੁਸੀਂ ਆਪਾ ਹਾ ਦੁੱਖ ਦੁੱਖ ਨਗਿੰਦੇ ਆ ਦੁੱਖਾਂ ਦਾ ਇਹਦੀ ਕੋਈ ਕਮੀ ਨਹੀਂ ਹੋਣੀ ਵੀ ਇਹ ਨਹੀਂ ਵੀ ਦੁੱਖਾਂ ਦਾ ਛਟਕਾਰਾ ਹੋ ਗਿਆ ਨਾ ਹੀ ਦੁੱਖਾਂ ਤੋਂ ਰਹਿ ਤੋ ਗਏ ਆ ਦੁੱਖਾਂ ਨਾਲ ਹੀ ਭਰੇ ਹੋਏ ਆ ਪਰ ਇਹ ਦੁੱਖ ਕਦੀ ਸੁੱਖ ਇਹ ਤਾਂ ਹੁੰਦੇ ਹੀ ਰਹਣੇ ਆ ਪਰ ਇਹਨੂੰ ਆਪਣੀ ਜ਼ਿੰਦਗੀ ਨੂੰ ਇੰਨਾ ਬਲੰਦ ਕਰ ਲੋ ਕਿ ਦੁੱਖ ਵੀ ਸੁੱਖ ਚ ਬਦਲ ਜਾਏ ਇਦਾਂ ਦਾ ਹੋਣਾ ਚਾਹੀਦਾ ਤੇ ਹੁਣ ਸਾਰੇ ਦਿਨ ਸਾਲ ਦਾ ਉਦਾਂ ਵੀ ਐਂਡ ਹੋਣ ਵਾਲਾ ਤੇ ਦੋਸਤੋ ਇੱਕ ਮਸਲਾ ਕੱਲ ਤੁਸੀਂ ਵੀ ਨਿਊਜ਼ ਸੁਣੀ ਹੋਣੀ ਆ ਕੋਰੋਨਾ ਲੇ ਕਹਿੰਦੇ ਜਿਆਦਾ ਫੈਰ ਰਿਹਾ ਤੇ ਆਪਣਾ ਖਿਆਲ ਰੱਖੋ ਬਾਹਰ ਅੰਦਰ ਜਾਂਦੇ ਆ ਉਹ ਬਾਹਰਲਾ ਖਾਣਾ ਨਾ ਖਾਓ ਖਾਣੇ ਦਾ ਹੀ ਵੀ ਆ ਅੱਜ ਸੋ ਕਰਿਆ ਖਾਣੇ ਪਰ ਮੇਰਾ ਇਰਾਦਾ ਹੈ ਕਿ ਮੈਂ ਡਾਕਟਰ ਨੂੰ ਸਵੇਰੇ ਉਦਾਂ ਪੁੱਛੂਗੀ ਇਹ ਮੈਨੂੰ ਆਪ ਨਹੀਂ ਸਮਝਾਉਣ ਦੀ ਕਿ ਕੀ ਦਿੱਕਤ ਹੋਣ ਡਈਏ ਮੈਨੂੰ ਕਿਉਂਕਿ ਨਿਊਯਾਰਕ ਦੇ ਪਬਲਿਕ ਸਕੂਲ ਉਹ ਰਹੀ ਉਹ ਟੀਚਰ ਆ ਕੇ ਆਏ ਆ ਹਨਾ ਪਰ ਮੈਨੂੰ ਮੈਂ ਕਰੋਨਾ ਤੇ ਬਲੀਵ ਹੀ ਨਹੀਂ ਨਾ ਕਰਦੀ ਕਰੋਨਾ ਉੱਥੇ ਉੱਥੇ ਹੀ ਆ ਜਿੱਥੇ ਜਿੱਥੇ ਉਹਨਾਂ ਨੇ ਛੱਡਿਆ ਹੋਇਆ ਵਾ ਕਰੋਨਾ ਮੈਨ ਮੇਡ ਆ ਮੈਂ ਤੇ ਕਰੋਨਾ ਇਹ ਨਹੀਂ ਕਿ ਕਰੋਨਾ ਆ ਗਿਆ ਜੀ ਤੁਰਿਆ ਆਉਣ ਡਿਆ ਕਰੋਨਾ ਦੇ ਗਲੀਆਂ 'ਚ ਤੁਰਿਆ ਫਿਰਦਾ ਨਹੀਂ ਚਲੋ ਬਦਲ ਕਾਨੂੰਨ ਦੇ ਜ਼ਾਰੇ 'ਚ ਰਹਿਣਾ ਚਾਹੀਦਾ ਹਾਂ ਉਹ ਤੇ ਉਹਨਾਂ ਦੇ ਹਿਸਾਬ ਨਹੀਂ ਚੱਲਣਾ ਆਪਣੀ ਤਾਂ ਕੋਈ ਕਾਤ ਨਹੀਂ ਹੈਗੀ ਸਾਡੀ ਪਹਿਲੋ ਸਾਡੀ ਰੱਬ ਦੇ ਅੱਗੇ ਨਹੀਂ ਕੋਈ ਹੈਗੀ ਜਿੱਥੇ ਉਹ ਦੋਸਤ ਉਹ ਜਿੱਥੇ ਉਹ ਵੱਡੀ ਪਾਵਰ ਰੱਖਦੀ ਉੱਥੇ ਰਹਿਣਾ ਪੈਣਾ ਨਮਾਣੇ ਜੇ ਇਨਸਾਨ ਆ ਮਟ ਉਦਾਂ ਹੀ ਤੁਰੇ ਫਿਰਦੇ ਆ ਬਸ ਇਹ ਹੈ ਦੁੱਖਾ ਸੁੱਖਾ ਤੇ ਤੁਸੀਂ ਐਡਾ ਆਪਣਾ ਪਾਰਟਨਰ ਲੱਭਿਆ ਹਨਾ ਯਾ ਪਰ ਨਾਂ ਸੀ ਕਸ਼ਬੂ ਉਹਦਾ ਨਾਂ ਸੀ ਕਸ਼ਬੂ ਤੇ ਤੁਸੀਂ ਕੀ ਸੋਚਿਆ ਕਿ ਕਸ਼ਬੂ ਕੌਣ ਆ ਇਹ ਪੰਜਾਬੀ ਕੁੜੀ ਆ ਕੌਣ ਆ ਖਸ਼ਬੂ ਤਾਂ ਖਸ਼ਬੂ ਹੀ ਵੰਡਦੀ ਹੋਊਗੀ ਮੈਂ ਤੇ ਇਹੋ ਜਿਹਾ ਤੇ ਜਦੋਂ ਤੁਸੀਂ ਕਿਹਾ ਇਹ ਆਉਣਾ ਤੇ ਮੈਂ ਤੁਹਾਨੂੰ ਕਿਹਾ ਕਿ ਮੈਂ ਨਹੀਂ ਮਤਲਬ ਜੋ ਤੁਸੀਂ ਫੋਟੋ ਵੇਖਣ ਲੈ ਮੈਂ ਉਹ ਨਹੀਂ ਆ ਮੈਂ ਬਹੁਤ ਆ ਸੱਚ ਇੱਕ ਮਰੇ ਮੇਦਾਰ ਮੈਂ ਕਿਹਾ ਵੀ ਮੈਂ ਧਿਆਨੇ ਕੋਲ ਪਹੁੰਚਣਾ ਤੇ ਮੈਂ ਕਿੱਦਾਂ ਪਛਾਣੂਗਾ ਤੁਹਾਨੂੰ ਤੁਸੀਂ ਕਿਹਾ ਮੇਰੇ ਚਿੱਟੇ ਕੱਪੜੇ ਪਾਏ ਹੋਣੇ ਚਿੱਟੇ ਮੇਰੇ ਵਾਲ ਆ ਇਹਨਾਂ ਗੱਲਾਂ ਲੱਗੀਆਂ ਹੋਣੀਆਂ ਬੁੱਢੀ ਜੀ ਮੈਂ ਲੱਗਣਾ ਤੇ ਮੈਂ ਕਿਹਾ ਇਹ ਜੋਕ ਕਰ ਰਹੇ ਤੇ ਫੇ ਮੈਂ ਕਿਹਾ ਵੀ ਤੁਸੀਂ ਰਹਿੰਦੇ ਕਿੱਥੇ ਆ ਕਹਿੰਦੀ ਮੈਂ ਫੁੱਟਪਾਥ ਤੇ ਮੈਂ ਕਿਹਾ ਦੋ ਹੀ ਵੀ ਹਰ ਗੱਲ ਨੂੰ ਜੋਕ ਦੇ ਨਾਲ ਹੀ ਦੱਸਿਆ ਇਹਨਾਂ ਨੇ ਤੇ ਚਲੋ ਇਸ ਤਰ੍ਹਾਂ ਅਸੀਂ ਮੇਲੇ ਗਲੇ ਹੋਏ ਪਰ ਵਾਹਿਗੁਰੂ ਦਾ ਸ਼ੁਕਰ ਆ ਜੋ ਵੀ ਮੈ ਮਗਿਆ ਕਾਹਾਲ ਪੀਤ ਗਏ ਸਾਡੇ ਤੇ ਰੱਬ ਕੋ ਪ੍ਰੇਅਰ ਤੁਸੀਂ ਤੁਹਾਡੀਆਂ ਵੀ ਪ੍ਰੇਅਰ ਸਾਡੇ ਨਾਲ ਹੀ ਆ ਵੀ ਜਿਹੜੇ ਰਹਿ ਗਏ ਆ ਉਹ ਵੀ ਸਾਡੇ ਚੰਗੇ ਬੀਜਾਂ ਨੇ ਇੱਕ ਦੂਜੇ ਦੇ ਸਾਰੇ ਦੇ ਨਾਲ ਹਾਂ ਬੜੇ ਵਾਰੀ ਇਹ ਨਹੀਂ ਕਿ ਅਸੀਂ ਬੜੇ ਸਮੂਤ ਰਹਿੰਨੇ ਆ ਕਈ ਵਾਰੀ ਕਿਸੇ ਗੱਲੋਂ ਥੋੜਾ ਜਿਆਦਾ ਇੱਕ ਦੂਜੇ ਨਾਲ ਗਰਮ ਵੀ ਹੋ ਜਾਂਦਾ ਬਹੁਤ ਜ਼ਿਆਦਾ ਗਰਮੋ ਜਾਂ ਨਹੀਂ ਪਰ ਹਾਂ ਅਗਲੇ ਪਲ ਫੇਰ ਆਪਣੀ ਜਾਨ ਨੂੰ ਮੈਂ ਕਹਿੰਦਾ ਨਾ ਯਾਰ ਛੱਡ ਮੇਤੋਂ ਗਲਤੀ ਹੋ ਗਈ ਆ ਫੜ ਲੈ ਕੰਨ ਛੱਡ ਪਰੇ ਸਵੇਰ ਤੋਂ ਮਗਰ ਇਦਾਂ ਹੀ ਚੱਲਦਾ ਰਹਿੰਦਾ ਕੰਮ ਸ਼ਾਮਾਂ ਪੈ ਜਾਂਦੀਆਂ ਜਦੋਂ ਛੁੱਟੀ ਹੁੰਦੀ ਆ ਐਂਦੇ ਹੱਸਦੇ ਖੈਟਦੇ ਆ ਦਾ ਟਾਈਮ ਲੱਗੇ ਜਾਂਦਾ ਸੋ ਇਦਾਂ ਹੀ ਹੱਸਦੇ ਖੇਡਦੇ ਤੁਸੀਂ ਰੋਵੋ ਤੇ ਦੂਸਰੇ ਜਿਹੜੇ ਉਹਨਾਂ ਨੂੰ ਵੀ ਮੈਸੇਜ ਦੇਣਾ ਜਿੰਨਾਂ ਕੁੜੀਆਂ ਮਤਲਬ ਕਿ ਕਹਣਾ ਕਿ ਮੇਰੇ ਹਸਬੰਡ ਰੋਮਾਂਟਿਕ ਨਹੀਂ ਆ ਕੋਈ ਰੋਮਾਂਟਿਕ ਨਹੀਂ ਹੁੰਦਾ ਜ਼ਿੰਦਗੀ ਇਦਾਂ ਹੀ ਸਾਰੇ ਰਫੜ ਦਫੜ ਚੱਲ ਰਹੀ ਹੁੰਦੀ ਆ ਬਸ ਉਹਨੂੰ ਆਪ ਹੀ ਐਫਰਟ ਕਰਕੇ ਨਹੀਂ ਉਹ ਰੋਮਾਂਟਿਕ ਤਾਂ ਇਦਾਂ ਹੁੰਦੀ ਤੁਸੀਂ ਖੁਦ ਬਣਾਉਣਾ ਹੁੰਦਾ ਜੇ ਇੱਕ ਜਣ ਥੋੜਾ ਜਿਹਾ ਗਰਮ ਸੁਭਾਅ ਦਾ ਦੂਜਾ ਠੰਡਾ ਹੋ ਜਾਓ ਇਹ ਇੱਕ ਠੰਡਾ ਤੇ ਦੂਜਾ ਤਤ ਹੋ ਜਾ ਥੋੜਾ ਜਿਹਾ ਇਦਾਂ ਥੋੜਾ ਜਿਹਾ ਚੱਲਦਾ ਰਹਿੰਦਾ ਹਾਂ ਬਾਕੀ ਇਹ ਆ ਹਾਂ ਰੁੱਸੇ ਨੂੰ ਵੀ ਮਨਾਉਣਾ ਬਣਦੀ ਆ ਗੱਲ ਤੇ ਜਿਹੜੀ ਰੁੱਸੀ ਹੋਈ ਜ ਆਪਣਾ ਜਦੋਂ ਜਨਾਨੀ ਰੁੱਸ ਜਾਂਦੀ ਉਦੋਂ ਤਾਂ ਰੱਬ ਵੀ ਰੁੱਸ ਜਾਂਦਾ ਤੇ ਰੱਬ ਨੂੰ ਰੁੱਸੇ ਨੂੰ ਕਿੱਦਾਂ ਆਪਾਂ ਮਨਾਉਣੇ ਕਿ ਨਾ ਬੇਨਤੀਆਂ ਕਰਦੇ ਤੇ ਆਪਣੀ ਆਪਣੇ ਰੱਬ ਨੂੰ ਵੀ ਮਨਾ ਲਓ ਕਿਹੜੀ ਗੱਲ ਐ ਤੇ ਇਦਾਂ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਸੋਹਣੇ ਤੇ ਕਦੀ ਇਦਾਂ ਦਾ ਮੌਕਾ ਹੀ ਨਾ ਦਿਓ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਗੁੱਸੇ ਗਲੇ ਆਉਣ ਜਾਂ ਪਰ ਆ ਜਾਂਦੇ ਆ ਆ ਜਾਂਦੇ ਪਰ ਉਹਨੂੰ ਖੁਸ਼ੀਆਂ 'ਚ ਬਦਲੋ ਹਮੇਸ਼ਾ ਖੁਸ਼ੀਆਂ 'ਚ ਬਦਲੋ ਹਾਂ ਬੜੇ ਪਿਆਰ ਨਾਲ ਇੱਕ ਦੂਜੇ ਨੂੰ ਸਮਝਾਓ ਤਾਂ ਸਮਝ ਜਾਂਦਾ ਬੰਦਾ ਜੇ ਇੱਕ ਗਰਮ ਹੋ ਗਿਆ ਦੂਜਾ ਵੀ ਗਰਮ ਹੋ ਗਿਆ ਫੇਰ ਤੁਹਾਨੂੰ ਪਤਾ ਪਤੀਲੇ ਖੜਕਣੇ ਆ ਉਹਨੂੰ ਜਾਣੇ ਆ ਉਹਨੂੰ ਜਾਣੇ ਫੇਰ ਕੁਝ ਨਾ ਕੁਝ ਹੋਣਾ ਹੀ ਹੈ ਹਾਂ ਤੇ ਉਹ ਦ ਸੇਬ ਸੰਤਰੇ ਵੀ ਫੇ ਉਧਰ ਜੁੜੇ ਫਿਰਦੇ ਹੁੰਦੇ ਆ ਗਲਾਸ ਉਧਰ ਜੁੜੇ ਪੈਂਦੇ ਟੀਵੀ ਉਧਰ ਤੁਰਿਆ ਫਿਰਦਾ ਹੁੰਦਾ ਉਹ ਤੇ ਫੇ ਡਰਾਮਾ ਹੋ ਗਿਆ ਨਾ ਹਾਂ ਤੇ ਉਹ ਡਰਾਮੇ ਤੋਂ ਬਚੋ ਹਾਂ ਕਦੇ ਕਦੇ ਕਰ ਲਿਆ ਕਰੋ ਖੁਸ਼ੀ ਨਾਲ ਲੜਾਈ ਪੜਾਈ ਐਦਾਂ ਨਹੀਂ ਐ ਵੀ ਲੜਾਈ ਹਾਂ ਕਦੀ ਕਦੀ ਤੇ ਲੜਨ ਨੂੰ ਬਹੁਤ ਜੀ ਗੱਲ ਆ ਐਦਾਂ ਕਰਕੇ ਤੇ ਹੋ ਲੜਾਈ ਖਾ ਜਾਂਦਾ ਹੈ ਇੱਕ ਦੂਜੇ ਨਾਲ ਐਦਾਂ ਦੋਸਤੋਂ ਬੜਾ ਵਧੀਆ ਟਾਈਮ ਲੰਘ ਜਾਂਦਾ ਹਾਂ ਮੈਂ ਫੇਰੋਂ ਤੋਂ ਬਾਅਦ ਦੀ ਇਹ ਆ ਗਏ ਵਾਕਈ ਇਹ ਨਹੀਂ ਕਿ ਜੇ ਹਸਬੈਂਡ ਕਿਸੇ ਲੜਕੀ ਦਾ ਨਹੀਂਗਾ ਜਾਂ ਕਿਸੇ ਕਾਰਨ ਇਦਾਂ ਹੋ ਗਿਆ ਇਹ ਪੁਰਾਣੇ ਜਮਾਨੇ ਨੂੰ ਛੱਡੋ ਜਰੂਰ ਸ਼ਾਦੀ ਕਰੋ ਆਪਣਾ ਜੀਵਨ ਸਾਥੀ ਦੁੱਖ ਸੁੱਖ ਦੇ ਸਾਥੀ ਹੁੰਦੇ ਆ ਤੇ ਇਦਾਂ ਹੀ ਜੇ ਆਦਮੀ ਆ ਉਹ ਵੀ ਕੋਈ ਹਾਂ ਲੱਭੋ ਆਪਣੇ ਮਤਲਬ ਵਿਚਾਰਾਂ ਦੇ ਜਿਹੜੇ ਵਿਚਾਰ ਤੁਹਾਡੇ ਨਾਲ ਮਿਲਦੇ ਹੋਣ ਏਜ ਹੋਵੇ ਤੁਹਾਡੀ ਇੱਕੋ ਜੀ ਤੇ ਦੂਸਰਾ ਹੈ ਕਿ ਜੇ ਤੁਹਾਡੀ ਏਜ ਦਾ ਡਿਫੈਕਟ ਹੈ ਤਾਂ ਉਹ ਵੀ ਲੇਟਰ ਔਨ ਬਹੁਤ ਫਰਕ ਪਾਉਂਦਾ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖੋ ਸਭ ਤੋਂ ਪਹਿਲਾਂ ਤਾਂ ਆਪਣੇ ਵਿਚਾਰਾਂ ਦਾ ਹਾਨੀ ਹੋਣਾ ਚਾਹੀਦਾ ਵਿਚਾਰਤ ਨਹੀਂ ਮਿਲ ਸਕਦੇ ਜਿਵੇਂ ਅਸੀਂ ਮਾਜੇ ਦੇ ਇਹ ਦਬਾਬੇ ਦੇ ਫਿਰ ਘਰ ਦੀ ਬ੍ਰਿੰਗਿੰਗ ਸਭ ਦੀ ਲੱਗ ਲੱਗ ਹੈਗੀ ਹੈ ਨਾ ਸਭ ਤੁਹਾਡੇ ਹਰ ਲੱਗ ਤਰੀਕੇ ਨਾਲ ਆਪ ਲਿਆ ਮੈਂ ਇੱਕ ਅਲੱਗ ਛੋਟੇ ਜਿਹੇ ਘਰ ਚੋਂ ਆਈ ਕਿ ਦੋ ਜਾਣੇ ਆਂਦਾ ਮੈਂਬਰਾਂ ਦੇ ਵਿੱਚ ਹੀ ਹੈ ਨਾ ਨਹੀਂ ਸਾਡਾ ਦੋਸਤੋ ਪਰਿਵਾਰ ਤਾਂ ਵੱਡਾ ਸੀ ਸਾਡੇ ਚਾਚਾ ਜੀ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਪਹਿਲਾਂ ਇੰਡੀਆ 'ਚ ਵੀ ਤਾਂ ਅਸੀਂ ਸਾਡੇ ਚਾਚਾ ਜੀ ਦੇ ਵੀ ਚਾਰ ਬੱਚੇ ਸੀ ਚਾਰ ਅਸੀਂ ਸੀਗੇ ਤੇ ਇਸ ਤਰ੍ਹਾਂ ਉਹ ਜਦੋਂ ਵੱਡੇ ਹੋਏ ਤਾਂ ਉਹਨਾਂ ਨੇ ਆਪੇ ਹੀ ਫੈਸਲਾ ਕਰ ਲਿਆ ਬ੍ਰਦਰ ਅਲੱਗ ਹੋ ਗਏ ਸਾਡੇ ਡੈਡੀ ਜੀ ਤੇ ਚਾਚਾ ਜੀ ਇਹ ਤਾਂ ਚਲੋ ਘਰੋ ਘਰੀ ਇਦਾਂ ਦਾ ਤੇ ਇਸੇ ਤਰ੍ਹਾਂ ਹੁਣ ਅਸੀਂ ਵੀ ਗਾਂ ਬ੍ਰਦਰ ਦੋਨੇ ਹੀ ਤੈਂ ਹੀ ਵੀ ਲਾਗੂ ਹੈ ਗਾਂ ਸਾਡੇ ਬੱਚੇ ਆ ਉਹ ਵੀ ਆਪਣੇ ਆਪਣੇ ਇੰਡੀਪੈਂਡੈਂਟ ਆ ਉਹਨਾਂ ਦੇ ਆਪਣੇ ਔਨ ਬਿਜ਼ਨਸ ਆ ਬੜੇ ਘਰ ਦੇ ਆਪਣੇ ਸ਼ੌਕ ਤੇ ਹੁਣ ਸਾਰੇ ਬਹੁਤ ਸਾਰੇ ਕੁਐਸਚਨ ਆਉਂਦੇ ਆ ਸਾਡੇ ਬੱਚੇ ਕਿੱਥੇ ਆ ਬੱਚੇ ਥੋੜੋ ਹੁਣ ਤੋਂ ਤਾਂ ਗ੍ਰੋ ਅਪ ਹੋ ਗਏ ਆਲਰੇਡੀ ਉਹ ਪ੍ਰਮਾਤਮਾ ਨੇ ਆਟੋਮੈਟਿਕ ਸਾਡਾ ਇਦਾਂ ਦਾ ਸਿਸਟਮ ਕਰ ਦਿੱਤਾ ਹਾਂ ਪਹਿਲਾਂ ਮੈਨੂੰ ਥੋੜਾ ਜਿਹਾ ਜ਼ਰੂਰ ਲੱਗਾ ਕਿ ਉਹ ਜਦੋਂ ਇੰਡੀਪੈਂਡੈਂਟ ਬੱਚਾ ਹੋ ਜਾਂਦਾ ਉਹ ਸਾਡੀ ਨੋਆ ਆ ਆ ਉਹ ਆਪਣੇ ਘਰ ਆਪਣੀ ਚੈਲ ਬਹਿਲਣਾ ਰਹਿਣਾ ਚਾਹੁੰਦੀਆਂ ਇੰਡੀਪੈਂਡੈਂਟ ਰਹਿਣਾ ਚਾਹੁੰਦੀਆਂ ਤੋਂ ਸਾਡੇ ਨਾਲ ਬੜਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਾਨੂੰ ਹਮੇਸ਼ਾ ਫੋਨ ਕਰਦੇ ਆ ਦੁੱਖ ਸੁੱਖ ਸਾਂਝਾ ਕਰਦੇ ਆ ਹਰ ਇੱਕ ਦੇ ਇਦਾਂ ਹੀ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਕੋਈ ਕਿਤੇ ਰਹਿ ਰਿਹਾ ਹੋਵੇ ਜਾਂ ਕਿਤੇ ਕੋਈ ਪੜਨ ਚਲ ਗਿਆ ਹੋਵੇ ਸਾਰਿਆਂ ਨਾਲ ਹੀ ਇਦਾਂ ਹੀ ਇਹ ਤੇ ਚੋਗਾ ਚੁਗਣ ਵਾਲੀ ਗੱਲ ਆ ਪੰਛੀਆਂ ਵਾਲੀ ਤੇ ਇਹਦੇ ਵਾਜੇ ਕਿੰਤੂ ਪਰੰਤੂ ਨਾ ਕਰਿਆ ਕਰੋ ਪਲੀਜ਼ ਕਿਸ ਦੇ ਬੱਚੇ ਕਿੱਥੇ ਰਹਿੰਦੇ ਕਿਉਂ ਰਹਿੰਦੇ ਕਿੱਥੇ ਇਹ ਕਿਹਦੇ ਬੱਚੇ ਕਿਉਂ ਨਹੀਂ ਹੈਗੇ ਇਹ ਇੱਕ ਤੰਗ ਸੋਚਣਾ ਨਾ ਪੁੱਛੋ ਅੱਜ ਜਿਵੇਂ ਮੈਸੇਜ ਆਇਆ ਹਾਂ ਮੈਂ ਬਹੁਤ ਵਾਰੀ ਦੱਸ ਚੁੱਕਾ ਕਿ ਬੱਚੇ ਸਾਡੇ ਗ로우 ਅਪ ਹੋ ਗਏ ਆ ਸ਼ਾਦੀ ਸ਼ੁੱਦਾ ਸਾਡੇ ਪੋਤੀਆਂ ਸਾਡੀਆਂ ਵੱਡੀਆਂ ਆ ਪੋਤਾ ਸਾਡਾ ਬੜਾ ਜਵਾਨ ਆ ਉਹ ਸਾਡੇ ਨਾਲੋਂ ਵੀ ਉੱਚਾ ਆ ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਤਾਂ ਉੱਠੋ ਇਹ ਨਾ ਘੜੀਮੁੜੀ ਬੱਚੇ ਕਿਤੇ ਅਜੀਬ ਹਾਜ ਜਸਪਾਲ ਦੀ ਜਸਪਾਲ ਦੇ ਜਿਵੇਂ ਮਤਲਬ ਕਿ ਮਨ ਕਿ ਉਹ ਬੱਚੇ ਛੋਟੇ ਹੁੰਦੇ ਜਰੂਰ ਮੇਰੇ ਨਾਲ ਮੇਰੀ ਉਂਗਲ ਫੜ ਕੇ ਤੁਲਣ ਦੇ ਉਹ ਬੱਚੇ ਆਲਰੇਡੀ ਵੱਡੇ ਹੋਏ ਸੀ ਵੱਡੇ ਸੀ ਬੱਚੇ ਹਨਾ ਦੋਸਤੋ ਉਹਦੇ ਵਿੱਚ ਇਹ ਆ ਕਿ ਜਦੋਂ ਅਸੀਂ ਸਾਡੇ ਮੈਂ ਤਾਂ ਤੁਹਾਨੂੰ ਮੈਂ ਉਹਦਾ 10ਵੀਂ ਦਿਨਾਂ ਕਿ ਜਦੋਂ ਮੈਂ ਇੱਥੇ ਆਇਆ ਤੇ ਮੇਰੇ ਬੱਚੇ ਜਿਹੜੇ ਸੀ ਇੰਡੀਆ ਸੀਗੇ ਉਹ ਗਰੋਅ ਅਪ ਜਦੋਂ ਛੋਟੇ ਵੀ ਭਵੇਂ ਅ 2-4 ਸਾਲ ਤੋਂ ਬਾਅਦ ਜਿਹੜੇ ਵੱਡੇ ਹੋਏ ਆ ਉਹ ਮੇਰੇ ਮਾਤਾ ਪਿਤਾ ਨੇ ਸੰਭੇ ਆ ਔਰ ਉਹਨਾਂ ਨਾਲ ਉਹਨਾਂ ਦਾ ਦਾਦੇ ਦਾਦੀ ਨਾਲ ਜਿਆਦਾ ਪਿਆਰ ਉੱਥੇ ਵੀ ਬਣ ਗਿਆ ਇੱਥੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਟਰੱਕਾਂ ਵਾਲੇ ਵੀਰਾਂ ਨੂੰ ਵੀ ਪਤਾ ਆ ਆਪਾਂ ਟਰੱਕ ਚਲਾਉਂਦੇ ਆ ਆਪਣੇ ਕੋ ਕਿੱਥੇ ਟਾਈਮ ਹੁੰਦਾ ਹਲੇ ਲੇਡੀਜ਼ ਹੋਣ ਉਹ ਚ ਚਲੋ ਬੱਚਿਆਂ ਦਾ ਥੋੜਾ ਵਾਲਾ ਕਰਦੀਆਂ ਤੇ ਉਦੋਂ ਤਾਂ ਮੈਂ ਕੱਲਾ ਸੀਗਾ ਤੋਂ ਉਦੋਂ ਬਾਅਦ ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਬੱਚਿਆਂ ਨੂੰ ਪਾਲਿਆ ਉਹ ਪਿਆਰ ਬਣ ਜਾਂਦਾ ਜਿੱਥੇ ਤੁਸੀਂ ਗਰੋਅ ਅਪ ਹੁੰਨੇ ਆ ਉੱਥੇ ਪਿਆਰ ਤੋਂ ਸਾਡਾ ਡੈਡੀ ਹੋਣਾ ਨਾ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਤਾਂ ਕੋਈ ਕੀ ਬਰਾਈ ਆ ਉਹ ਮੇਰੇ ਪਿਤਾ ਜੀ ਆ ਤੇ ਉਹਨਾਂ ਦੇ ਦਾਦਾ ਜੀ ਆ ਤੇ ਮੇਰੀ ਮਦਰ ਆ ਉਹਨਾਂ ਦੀ ਦਾਦੀ ਜੀ ਆ ਤੋਂ ਉਹਨਾਂ ਨੇ ਉਹ ਰਹੇ ਆ ਉਹਨਾਂ ਦੇ ਨਾਲ ਜਿਉਂ ਵੀ ਵੱਡੇ ਵੱਡੇ ਹੋਏ ਆ ਫੇ ਫੇ ਸਾਡੇ ਨਾਲ ਵੀ ਮੂਵ ਹੋ ਗਏ ਪਰ ਉਹਨਾਂ ਦਾ ਮਨ ਫੇ ਕੀਤਾ ਵੀ ਅਹੀਂ ਉਹਨਾਂ ਦਾ ਅਹੀਂ ਬਈ ਐਦਾ ਇਕੱਠੇ ਰਹਿਣਾ ਤਾਂ ਕੋਈ ਉਹਦੇ 'ਚ ਕੀ ਉਹ 'ਚ ਬਰਾਈ ਕੀ ਆ ਤਾਂ ਪਤਾ ਨਹੀਂ ਇਹਦੇ ਤੇ ਕਿੰਤੂ ਪਰੰਤੂ ਆਪਣੇ ਆਪਣੇ ਪਰਿਵਾਰ ਦਾ ਪਲੀਜ਼ ਖਿਆਲ ਰੱਖਿਆ ਕਰੋ ਦੂਜਿਆਂ ਦੇ ਪਰਿਵਾਰ ਵਾਲਾ ਆਪਾਂ ਬਾਲਾ ਨਾ ਝਾਕਿਆ ਕਰੀਏ ਆਪਣੇ ਪਰਿਵਾਰ ਦੇ ਅੰਦਰ ਝਾਤੀ ਮਾਰੀਏ ਕਿ ਆਪਾਂ ਪਾਪਾ ਜਾਨੂੰ ਆਪਣਾ ਆਪਣਾ ਟੌਪਿਕ ਹੈਗਾ ਕਿ ਆਪਾਂ ਕਿਵੇਂ ਮਿਲੇ ਆਪਣਾ ਜੀਵਨ ਹਨਾ ਇਹ ਤੁਸੀਂ ਇਹ ਤੇ ਇਹ ਤੇ ਸਿਰਫ 1% ਅੱਜ ਨਹੀਂ ਕੁਝ ਲੋਕ ਹੈਗੇ ਆ 1% ਜਿਹੜੇ ਸਾਨੂੰ ਸੂਲਾਂ ਚੁੱਭਦੇ ਆ ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਉਸ ਸਥਿਤੀ ਚੋਂ ਨਿਕਲੇ ਹੋ ਨਾ ਤੇ ਤੇ ਸ਼ਾਇਦ ਤੁਹਾਡੀ ਬਹੁਤ ਜ਼ਿਆਦਾ ਬੱਤਰ ਜ਼ਿੰਦਗੀ ਹੋਵੇ ਅਹੀਂ ਫੇਰ ਵੀ ਅਜੇ ਜ਼ਿੰਦਾ ਵਾਂ ਬਸ ਇੰਨਾ ਰੱਖਿਆ ਕਰੋ ਖਿਆਲ ਕਿ ਤੁਹੀਂ ਕਦੀ ਉਸ ਸਥਿਤੀ 'ਚ ਨਾ ਪਿਓ ਜਿਸ ਜਦ ਕਦੀ ਜਸਪਾਲ ਨਿਕਲ ਕੇ ਗਿਆ ਤੇ ਜਾਂ ਅਹੀਂ ਦੱਸਣਾ ਵੀ ਚਾਹੀਏ ਨਾ ਜਸਪਾਲ ਆਪਣੀ ਨਹੀਂ ਦੱਸ ਸਕਦੇ ਪੂਰੀ ਹਾਲਤ ਐਦਾਂ ਖੋਲ ਕੇ ਤੇ ਮੈਂ ਤੇ ਦੱਸ ਮੈਨੂੰ ਤੇ ਹੁਣ ਕੋਈ ਐ ਨਹੀਂ ਮੈਂ ਦੱਸ ਵੀ ਦਵਾ ਪਰ ਮੈਂ ਜੇ ਕਿਸੇ ਆਲੇ ਦੁਆਲੇ ਦਾ ਖਿਆਲ ਇੱਜ਼ਤ ਦਾ ਰੱਖਦੀ ਹੋਈ ਨਾ ਦੱਸਾਂ ਤੇ ਤੁਸੀਂ ਇਹ ਰੱਬ ਕੋ ਹਮੇਸ਼ਾ ਸ਼ੁਕਰ ਮਨਾਇਆ ਕਰੋ ਕਿ ਰੱਬ ਨੇ ਤੁਹਾਨੂੰ ਉਸ ਸਥਿਤੀ ਨਹੀਂ ਪਾਈ ਜਿਹੜੀ ਮਤਲਬ ਅੱਜ ਸਵੇਰੇ ਹੀ ਮੈਨੂੰ ਆਇਆ ਹੀ ਨਾ ਤੇ ਬਹੁਤ ਜ਼ਿਆਦਾ ਮੇਰਾ ਦਿਲ ਦੁਖਿਆ ਵੀ ਐਨੀ ਤੂੰ ਕੌਣ ਮੈਨੂੰ ਅਕਲ ਦੇਣ ਵਾਲੀ ਹੈਂ ਗਿਆ ਮਤਲਬ ਕਿ ਜੋ ਮੇਰੇ ਹਿੱਸੇ ਆਇਆ ਮੇਰੇ ਹੀ ਸੇ ਜਿਸ ਪਾਲ ਆਇਆ ਉਹੀ ਮੇਰੀ ਜ਼ਮੀਨ ਆ ਉਹੀ ਮੇਰਾ ਘਰ ਆ ਉਹੀ ਮੇਰੀ ਲਾਦ ਆ ਉਹੀ ਮੇਰਾ ਸਾਰਾ ਕੁਝ ਆ ਤੇ ਦੱਸ ਨਾ ਫੋਰ ਮੀ ਤੇ ਆਪਾਂ ਚੱਲਾਂਗੇ ਮੇਰੇ ਆਪਣੇ ਪਿਆਰੇ ਪਿਆ ਇਹ ਤੇ ਇੱਕ ਅੱਧੇ ਦੀ ਗੱਲ ਕਰਨੀ ਆ ਦੋਸਤ ਤੁਸੀਂ ਵੀ ਸਮਝਦੇ ਹੋਗੇ ਕਿ ਇਹ ਤੁਸੀਂ ਨੀਓ ਜਿਹੜਾ ਮੇਰੇ ਇੰਨਾ ਕਸ਼ਬੋ ਖਿਲਾਰੀ ਹੋਈ ਹੈ ਮੇਰੇ ਕਮੈਂਟਸ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਸਣਾ ਸਾਨੂੰ ਦੋਵਾਂ ਨੂੰ ਤੁਸੀਂ ਵੀ ਵੇਖਦੇ ਜੀ ਹਾਂ ਮੈਂ ਫੇਰ ਦੁਬਾਰਾ ਦਾ ਦਨ ਮੇਰੇ ਬੱਚੇ ਬੜੇ ਸੁਖੀ ਆ ਜਸਪਾਲ ਦੇ ਨਾਲ ਸੋਹਣਾ ਕੜਕਿਆ ਉਹਨਾਂ ਦਾ ਉਹਨਾਂ ਦੇ ਘਾਰ ਆ ਵੱਡੇ ਵੱਡੇ ਉਹਨਾਂ ਦੇ ਆਪਣਾ ਟਰੱਕ ਟ੍ਰੈਲੇ ਆ ਔਰ ਬੜਾ ਵਧੀਆ ਬਿਜ਼ਨਸ ਕਰਦੇ ਆ ਇਹ ਪਲੀਜ਼ ਜੇ ਕੋਈ ਮੇਰੀ ਭੈਣ ਜਾਂ ਕੋਈ ਭਰਾ ਐਵੇਂ ਕਿੰਤੂ ਬ੍ਰਿੰਦੂ ਇਹਦੇ ਬਾਰੇ ਕਰਦਾ ਉਹ ਨਾ ਕਰਿਆ ਕਰੋ ਕਿਉਂਕਿ ਉਹ ਮੇਰੇ ਬੱਚੇ ਤੇ ਮੇਰੇ ਹੀ ਬੱਚੇ ਰਹਿਣੇ ਆ ਤੇ ਉਹਦੇ ਵਿੱਚ ਕੋਈ ਆਲੇ ਦੁਆਲੇ ਉਹਨਾਂ ਨੂੰ ਕੋਈ ਉਹਦੇ ਵਿੱਚ ਨਾ ਤੁਹਾਨੂੰ ਪੈਣ ਦੀ ਲੋੜ ਨਹੀਂ ਤੂੰ ਆਪਣੇ ਬੱਚਿਆਂ ਦਾ ਖਿਆਲ ਰੱਖੋ ਸੋ ਪੀਸ ਤੇ ਇਹ ਉਹ ਸਵੇਰ ਵਾਲੀ ਨੂੰ ਇੱਕ ਨੂੰ ਮੈਸੇਜ ਸੀ ਮੇਰੀ ਜਾਨੂ ਦਾ ਮੈਂ ਦੱਸਿਆ ਇਹ ਆਪਣੇ ਜਾਨੂ ਨੂੰ ਮੈਸੇਜ ਵੀ ਦਿਖਾਇਆ ਸੀ ਤੇ ਜੇ ਕੋਈ ਉਹ ਜਾਨ ਪਛਾਣਾ ਵੀ ਹੋ ਗਿਆ ਹੋਣਾ ਤੁਹਾਨੂੰ ਤੇਨੂੰ ਮੈਸੇਜ ਮਿਲ ਗਿਆ ਹੋਊਗਾ ਪਰ ਸਾਡਾ ਮਕਸਦ ਇਹ ਨਹੀਂ ਆ ਸਾਡਾ ਆਪਣੇ ਦੋਸਤਾਂ ਦੇ ਨਾਲ ਮਕਸਦ ਹੈਗਾ ਹਨਾ ਸਾਡਾ ਉਸ ਉਹ ਜਿਹੜਾ ਹੀ ਇੱਕ ਟਾਪਿਕ ਤੋਂ ਹਿੱਲ ਲਗੇ ਜਾਨੂ ਮੈਂ ਜਿਹੜਾ ਤੁਹਾਨੂੰ ਗਲਤੀ ਕੀਤੀ ਤੁਹਾਨੂੰ ਦੱਸ ਦਿੰਦਾ ਨਹੀਂ ਉਹ ਮੇਰੇ ਮਨ ਚ ਫਿਰ ਯਾਰ ਆਪਾਂ ਵੀ ਇਨਸਾਨ ਆ ਸਾਡੇ ਅੰਦਰ ਵੀ ਉਹੀ ਦਿਲ ਆ ਛੋੜੀ ਹਾਂ ਹਾਂ ਪਰ ਪਤਾ ਨਹੀਂ ਤੁਸੀਂ ਕਿਉਂ ਸ਼ੁਰੂ ਕੀਤਾ ਪਰ ਮੈਂ ਉਸੇ ਤਾਂ ਨਾ ਸ਼ੇਅਰ ਕਰ ਦਿੱਤਾ ਤੁਹਾਨੂੰ ਮੈਸੇਜ ਦਿਖਾ ਤਾ ਸਵੇਰ ਵਾਲੀ ਦਾ ਹਣਾ ਔਰਤ ਦਾ ਬੜੀ ਆਪਣੇ ਆਪ ਨੂੰ ਹਣਾ ਮੈਨੂੰ ਦੇਣ ਲਈ ਹੀ ਸਲਾਹ ਕਿ ਮੈਨੂੰ ਕਹਿੰਦੀ ਤੇਰੇ ਬੱਚੇ ਕੋਈ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ ਤੇ ਮੈਂ ਬੱਚੇ ਪੈਦਾ ਕਰਨ ਨਹੀਂ ਤੁਰੀ ਰੱਬ ਨੇ ਮੈਨੂੰ ਦਿੱਤੇ ਹੀ ਨਹੀਂ ਬੱਚਾ ਇੱਕ ਵੀ ਬੱਚੇ ਦਾ ਸੁੱਖ ਨਹੀਂ ਦਿੱਤਾ ਮੈਨੂੰ ਮੇਰੇ ਕਿਸਮ ਵਿੱਚ ਨਹੀਂ ਦਿੱਤਾ इवन ਮੇਰੇ ਆਪਣੇ ਪਰਿਵਾਰ ਜਗਦੀ ਦੀਆਂ ਨੂੰ ਵੀ ਨਹੀਂ ਲੱਗੇ ਮੇਰਾ ਇਹ ਹੈਗਾ ਜਵਾਬ ਮੇਰੇ ਬੱਚੇ ਮੈਨੂੰ ਹੀ ਫਿਕਰ ਹੋਣਾ ਚਾਹੀਦਾ ਮੇਰੇ ਖਾਲ ਤੈਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਹਾਂ ਸੋ ਜਿੱਥੇ ਜਿੱਥੇ ਕੋਈ ਇਨਸਾਨ ਪਰਮਾਤਮਾ ਨੇ ਬਿਠਾ ਲਿਆ ਉਹਨੂੰ ਉਹਦਾ ਹੀ ਫਿਕਰ ਕਰੋ ਦੂਜੇ ਦਾ ਨਾ ਫਿਕਰ ਕਰਿਆ ਕਰੋ ਤੇ ਪਰ ਜਾਨੂ ਅਸੀਂ ਆਪਣੇ ਦੋਸਤਾਂ ਦੇ ਨਾਲ ਕੰਟੈਕਟਰ ਰਹਿਣਾ ਵਾ ਤੇ ਮੇਰੇ ਕੋ ਸੌਰੀ ਦੋਸਤੋ ਮੇਰੇ ਕੋ ਗਲਤੀ ਹੋ ਗਈ ਕਿ ਜਾਨੂ ਰਾਤ ਕੰਮ ਤੇ ਹੀ ਤੇ ਮੈਂ ਬਹੁਤ ਡਿਸਟਰਬ ਹੋ ਗਈ ਹੀ ਮੈਂ ਸਵੇਰੇ ਮੈਸੇਜ ਵੇਖਿਆ ਮੈਂ ਦੱਸਿਆ ਹੀ ਨਾ ਸਵੇਰੇ ਤੁਹਾਨੂੰ ਤੇ ਉਹ ਨੋਇੰਗ ਸੀ ਮਖੀਨ ਨਹੀਂ ਮੈਂ ਮੈਂ ਗਲਤ ਨਹੀਂ ਸੀ ਕਹਿਣਾ ਚਾਹੁੰਦਾ ਪਰ ਕਰਨੀ ਚਾਹੀਦੀ ਆ ਕਿਉਂਕਿ ਕੋਈ ਨਾ ਕੋਈ ਜਿਹੜਾ ਥੋੜਾ ਬਾਲਾ ਵੀ ਲੱਗਦਾ ਪਲੀਜ਼ ਇਦਾਂ ਦੀਆਂ ਗੱਲਾਂ ਆ ਨੋਇੰਗ ਸੀ ਮੇਰੇ ਲਈ ਉਹ ਚੀਜ਼ ਕਿ ਠੀਕ ਹੈ ਮੈਂ ਜਿਵੇਂ ਆਪਣਾ ਕਾਰ ਚਲਾ ਰਹੀ ਆ ਮੈਨੂੰ ਚਲਾਉਂਦੇ ਮੇਰੇ ਕੋ ਬੱਚੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਦਸ ਮਾਈ ਰਿਸਪੌਂਸਿਬਿਲਟੀ ਹੈਨਾ ਮੈਂ ਕੀ ਕਰ ਰਹੀ ਆ ਨਹੀਂ ਦਸ ਯੂਅਰ ਲਾਈਫ ਇਹ ਥੋੜਾ ਮੇਰੀ ਲਾਈਫ ਹੈਗੀ ਆ ਤੇ ਤੁਸੀਂ ਆਪਣਾ ਇੰਜੋਏ ਕਰੋ ਤੇ ਮੈਨੂੰ ਆਪਣਾ ਕਰਨ ਦਿਓ ਤੇ ਹਨਾ ਜੋ ਕਰ ਬਾਕੀ ਦੋਸਤੋ ਮੈਂ ਇੱਥੇ ਖੇਮਾ ਦਾ ਜਾ ਚਕਿਆ ਆਪਾਂ ਟੌਪਿਕ ਥੋੜਾ ਜਿਹਾ ਹਟ ਗਿਆ オンਲਾਈਨ ਤੋਂ ਹਟ ਗਿਆ ਜਿਆਦਾ ਟਾਈਮ ਪਰ ਹਾਂ ਅਸੀਂ ਬੜੇ ਜੋ ਵੀ ਪ੍ਰਮਾਤਮਾ ਨੇ ਰੁਕੀ ਮਿਸੀ ਦਿੱਤੀ ਆ ਉਹਦੇ ਬੜੇ ਖੁਸ਼ ਹਾਂ ਹਾਂ ਤੇ ਆਪਣੀ ਲਾਈਫ ਦਾ ਪੂਰਾ ਪੂਰਾ ਇੰਜੋਏ ਕਰੀਦਾ ਥੋੜਾ ਮਿੰਟ ਵੀ ਮਿਲਦੇ ਆ ਜਾਨੂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਤੇਰਾ ਹੱਥ ਫੜਿਆ ਵਾ ਤੇ ਕਦੀ ਨਹੀਂ ਛੱਡੂਗਾ ਤੇ ਜੇ ਛੱਡਾਊਗਾ ਤੇ ਰੱਬ ਵੀ ਛੱਡਾਊਗਾ ਤੇ ਇਸ ਕਰਕੇ ਜਿਹੜੇ ਛੋਟਾ ਮੋਟਾ ਕੋਈ ਸਵੇ ਸਵੇ ਨੇ ਜਿਵੇਂ ਉਹ ਆਈ ਹੀ ਉਹ ਇਦਾਂ ਲੱਗਣ ਲਈ ਹੀ ਵੀ ਜਿਵੇਂ ਕੋਈ ਡਾਡੀ ਕੋਈ ਜਸਪਾਲ ਦੀ ਸਾਈਡ ਵੀ ਆ ਗਈ ਆ ਡਾਡੀ ਕੋਈ ਔਰਤ ਦੋਸਤੋ ਜਦੋਂ ਇਨਸਾਨ ਮਚੂਰ ਹੋ ਜਾਂਦਾ ਨਾ ਉਹਦੇ ਅੰਦਰ ਕੁਝ ਪਰਮਾਤਮਾ ਨੇ ਇੱਕ ਐਸੇ ਅੰਸ਼ ਪਾਈ ਹੁੰਦੇ ਆ ਉਨੂੰ ਕੋਈ ਹਿਲਾਉਣਾ ਵੀ ਚਾਵੇ ਉਹ ਹਿੱਲਦਾ ਨਹੀਂ ਉਹ ਇੱਕ ਉਮਰ ਹੁੰਦੀ ਆ ਜਦੋਂ ਤੁਸੀਂ ਹੱਲ ਜਾਂਦੇ ਬੱਚੇ ਜਦੋਂ ਬੱਚੇ ਛੋਟੇ ਹੁੰਦੇ ਆ ਨਾ ਮਾਂ ਉਂਗਲੀ ਫੜ ਕੇ ਜਿੱਦਨੂ ਮਰਜ਼ੀ ਲੈ ਜਾਏ ਪੇ ਜਿੱਦਨੂ ਮਰਜ਼ੀ ਲੈ ਜਾਏ ਲੋਕ ਆ ਉਹ ਜਿੱਦਨੂ ਮਰਜ਼ੀ ਲੈ ਜਾਣ ਇੱਕ ਉਹ ਉਮਰ ਆ ਜਾਂਦੀ ਆ ਜਦੋਂ ਮੈਚਿਓਰਿਟੀ ਆਉਂਦੀ ਆ ਉਦੋਂ ਤੁਹਾਨੂੰ ਸਾਰੀ ਦੁਨੀਆ ਵੀ ਇੱਕ ਪਾਸੇ ਤੁਹਾਡਾ ਬ੍ਰੇਨ ਵਾਸ਼ ਕਰਨਾ ਚਾਵੇ ਨਹੀਂ ਹੁੰਦਾ ਕਿਉਂਕਿ ਤੁਹਾਡੇ ਅੰਦਰ ਜਜ਼ਬਾ ਇੱਕ ਪੈਦਾ ਹੋ ਚੁੱਕਾ ਹੁੰਦਾ ਤੇ ਉਹ ਦੁਨੀਆ ਭਾਵੇਂ ਸਾਰੀ ਇੱਧਰ ਉੱਧਰ ਤੈਨੂੰ ਆਸੇ-ਪਾਸੇ ਨੂੰ ਅਲ ਜਾਵੇ ਤਾਂ ਤੂੰ ਹੀ ਉਲਜਦੇ ਨਹੀਂ ਇਹ ਇਹ ਇਸ ਤਰ੍ਹਾਂ ਜ਼ਿੰਦਗੀ ਹੋਣੀ ਚਾਹੀਦੀ ਹੈ ਨਾਗੇ ਇੱਕ ਨੇ ਆਗੇ ਮਾੜੀ ਜੀ ਕੰਨ ਚ ਭੂਗ ਮਾਰਦੀ ਜਾਂ ਦੂਜੇ ਨੇ ਮਾਰਦੀ ਉਹਨੇ ਕਿ ਇਉਂ ਇਦਾਂ ਕਹਿਦਾ ਇਹ ਦੁਨੀਆਦਾਰੀ ਹੈ ਇਹਦੇ ਵਿੱਚ ਸਾਰਿਆਂ ਨੇ ਕਿਸੇ ਨੇ ਕੁਝ ਕਹਿਣਾ ਕੇ ਨੇ ਕੋਈ ਕਿਦਾ ਕਿਦਾ ਮੂੰਹ ਪੜੋ ਆਪਣੇ ਮਨ ਨੂੰ ਬੰਨਾਲੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਰਹੋ ਹਮੇਸ਼ਾ ਕੋਸ਼ਿਸ਼ ਰਹੋ ਮੇਰੀ ਤੇ ਹੀ ਦੁਆਏ ਬਿਲਕੁਲ ਇਥੇ ਹੀ ਸਮੇਟਦੇ ਆ ਤੇ ਆਪਣੇ ਪਿਆਰੇ ਪਿਆਰੇ ਦੋਸਤਾਂ ਨੂੰ ਬਹੁਤ ਸਾਰਾ ਪਿਆਰ ਔਰ ਜਿਹੜਾ ਤਾਂ ਤੁਹਾਡਾ ਵੱਲੋਂ ਪਿਆਰ ਆ ਰਿਹਾ ਵਾ ਸਾਡੀਆਂ ਦੋਵਾਂ ਦੀਆਂ ਰੂਹਾਂ ਦੇ ਉੱਤੇ ਇੰਨਾ ਸਕੂਨ ਔਰ ਸਾਨੂੰ ਦੂਸੀ ਚੀਜ਼ ਦੀ ਰਹਿੰਦੀ ਨਹੀਂ ਆ ਉਹ ਮੇਰੇ ਕੋਲ ਗਲਤੀ ਹੋ ਗਈ ਕਿ ਅੱਜ ਹੀ ਮੈਂ ਜਾਨੂ ਨੂੰ ਉਸ ਚੀਜ਼ ਬਾਰੇ ਜਾਣੂ ਕਰਾਇਆ ਹੀ ਕਿਉਂਕਿ ਮੈਂ ਵੀ ਮੈਨੂੰ ਦੱਸਣਾ ਹੁੰਦਾ ਸੀ ਸ਼ੇਅਰ ਤਾਂ ਕਰਨਾ ਹੀ ਚਾਹੀਦਾ ਮੈਂ ਕਿ ਮੈਂ ਹੀ ਜਾਨੂ ਨੂੰ ਦੱਸਿਆ ਕਿ ਇਦਾਂ ਮੈਨੂੰ ਕੋਈ ਇਦਾਂ ਹੀ ਕੀ ਕਹਿਨੇ ਤੇ ਉਹ ਮੈਨੂੰ ਨਹੀਂ ਪਤਾ ਉਹ ਮੈਨੂੰ ਮੈਨੂੰ ਐਡਵਾਈਸ ਨਹੀਂ ਚੰਗੀ ਲੱਗਦੀ ਦੋਸਤੋ ਜਦੋਂ ਕੁਝ ਲੈਣਾ ਨਹੀਂ ਆ ਮੈਂ ਨਾ ਕੁਝ ਨਹੀਂ ਐਡਵਾਈਸ ਚੰਗੀ ਲੱਗਦੀ ਹੈ ਜਦੋਂ ਮੇਰੇ ਦੋਸਤ ਮੈਨੂੰ ਦਿੰਦੇ ਆ ਮੈਨੂੰ ਉਹ ਚੰਗੀ ਲੱਗਦੀ ਪਰ ਉਹ ਨਹੀਂ ਫੈਮਿਲੀ ਨਹੀਂ ਦੋਸਤੋ ਬਹੁਤ ਪਿਆਰ ਕਰਦੇ ਹੋ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਹੋ ਹਾਂ ਤੇ ਦਿਲ ਬਾਗੋ-ਬਾਗੋ ਹੋ ਜਾਂਦਾ ਹੂੰ ਹੂੰ ਤੇ ਚਲੋ ਜੇ ਕੋਈ ਚ ਇਦਾਂ ਦਾ ਹੁੰਦਾ ਵੀ ਆ ਉਹਦੀ ਪਰਵਾਹ ਨਹੀਂ ਮੈਂ ਕਰਦਾ ਤੇ ਨਾ ਮੈਂ ਕਰਨੀ ਆ ਉਹ ਤਾਂ ਮੈਂ ਇੱਕ ਵਾਰੀ ਕਹਿਣਾ ਸੀ ਅੱਜ ਕਹਤਾ ਤੇ ਮੈਂ ਫਿਰ ਅੱਗੋਂ ਮੈਂ ਦੱਸੂਗੀ ਕਿ ਜਾਨੂ ਫੇਤਾ ਦਾ ਕੰਪਿਊਟਰ ਜਿਹੜਾ ਹੀ ਟੁੱਟ ਗਿਆ ਸੀ ਉਹ ਉਹ ਵਿਚੋਲਾ ਸੀ ਦਾਦਾ ਉਹ ਮੇਰਾ ਵਿਚੋਲਾ ਸੀ ਸਹੀ ਗੱਲ ਹੈ ਟੁੱਟ ਗਿਆ ਸੀ ਬੱਚੇ ਨਹੀਂ ਟੁੱਟਾ ਤੇ ਨਹੀਂ ਸੀ ਉਹ ਫੇਰ خراب ਹੋ ਗਿਆ ਵੀ ਪੁਰਾਣਾ ਸੈੱਟ ਸੀਗਾ ਫੇਰ ਮੈਂ ਕਿਹਾ ਚਲੋ ਇਹਨੂੰ ਹੁਣ ਤੇ ਜਾਨੂ ਚਾਟ ਕਈ ਵਾਰ ਜਾਨੂ ਦੇ ਬੇਟੇ ਵੀ ਸੀ ਨਾ ਤੇ ਜਾਨੂ ਕਹਿੰਦਾ ਕਿ ਤੁਸੀਂ ਲਿਖ ਦੋ ਇਹ ਲਾਈਨ ਉਹ ਕੀ ਪੁੱਛਣ ਲਈ ਆ ਦੇ ਉਹ ਲਿਖ ਦਿੰਦੇ ਬਾਅਦ ਚ ਮੈਨੂੰ ਪਤਾ ਲੱਗਾ ਹਾਂ ਉਹ ਨਹੀਂ ਬੱਚੇ ਦਾ ਇੰਨਾ ਪਿਆਰ ਕਰਦੇ ਹੁੰਦੇ ਨਹੀਂ ਸੱਜੇ ਖੱਬੇ ਹੋਰ ਵੀ ਹੁੰਦੇ ਆ ਉਹ ਕੀ ਕਹਿੰਦੀ ਆ ਤੇ ਉਹ ਲਿਖ ਦੋ ਮੈਂ ਕਿਹਾ ਹਾਏ ਇਹ ਹੁੰਡਿਆ ਹੀ ਉਹ ਸਾਡਾ ਛੋਟਾ ਬੇਟਾ ਕਹਿੰਦਾ ਨਹੀਂ ਡੈਡੀ ਜੀ ਮੰਮੀ ਨੇ ਪਿਆਰੇ ਆ ਤੁਸੀਂ ਛੇਤੀ ਛੇਤੀ ਲੈ ਕੇ ਆਓ ਉਹਨਾਂ ਨੂੰ ਕਰ ਛੇਤੀ ਛੇਤੀ ਲੈ ਕੇ ਆਓ ਏਨਾਂ ਐਕਸਾਈਟਡ ਹੁੰਦਾ ਸੀਗਾ ਤੇ ਜਾਨੂ ਜਦੋਂ ਦੂਸਰ ਮੈਂ ਦੇਖ ਇੱਕ ਦਿਨ ਨੂੰ ਨਹੀਂ ਹਾਂ ਤੇ ਤੁਹਾਨੂੰ ਲੱਗਦਾ ਪੰਜਨ ਮੈਂ ਗਾਇਬ ਹੋ ਜਾਂਦੀ ਵਿੱਚੋਂ ਮੇਰੀ ਜੌਬ ਹੁੰਦੀ ਹੀ ਤਿੰਨ ਦਿਨ ਰਾਤ ਨੂੰ ਮੇਰੀ ਜੌਬ ਮੈਨੂੰ ਬਹਿਣਾ ਹੁੰਦਾ ਸੀ ਨਾ ਤੇ ਰਾਤ ਨੂੰ ਮੇਰੀ ਜੌਬ ਹੁੰਦੀ ਤੁਹਾਨੂੰ ਪਤਾ ਇੱਕ ਵੀਕ ਤਿੰਨ ਦਿਨ ਇੱਕ ਵੀਕ ਚਾਰ ਦਿਨ ਮੈਂ ਤਾਂ ਦੋਸਤਾਂ ਨੂੰ ਦੱਸ ਹੀ ਚੁੱਕਾ ਮੈਂ ਜਦੋਂ ਬਹਿਣਾ 11 ਵਜੇ ਮਾਈ ਗਾਰਡ ਸਵੇਰ ਨੂੰ ਮੇਰਾ 6 ਵਜੇ ਦੀ ਕਿਤੇ ਅਪਾਰਟਮੈਂਟ ਆਉਣੀ 4 ਵਜੇ ਘਰ ਤੁਰਨਾ ਹੁੰਦਾ ਸੀ ਉਹ ਜਦੋਂ ਦੇਖਣਾ ਓ ਮਾਈ ਗਾਰਡ ਅਲਸੋ ਤੇ ਨਹੀਂ ਚਲੋ ਭਾਈ ਕੋਈ ਗੱਲ ਜਨੋ ਜਿਆਦਾ ਹੋ ਜਾਣਾ ਦੋਸਤੀ ਵੇਲੇ ਨਹੀਂ ਹੈ ਸਾਡੇ ਕਿ ਸਾਨੂੰ ਸੁਣਦੇ ਰਹਿਣ ਇੱਥੇ ਹੀ ਸਮਾਪਤ ਕਰਦੇ ਆ ਤੇ ਤੁਹਾਡਾ ਸਾਨੂੰ ਪਿਆਰ ਬਹੁਤ ਆਇਆ ਬਹੁਤ ਆਇਆ ਇਦਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਵਾਈਗਰੂ ਹਮੇਸ਼ਾ ਤੁਹਾਨੂੰ ਹਰ ਉਸ ਇਨਸਾਨ ਨੂੰ ਜਿੰਨੇ ਮੇਰੇ ਦਿਲ ਨੂੰ ਸਕੂਨ ਦਿੱਤਾ ਵਾ ਉਹਨੂੰ ਹਮੇਸ਼ਾ ਮੇਰੇ ਆਏ ਹੋਏ ਦੋਸਤਾਂ ਦੇ ਗਿਫਟ ਮੇਰੇ ਦੋਸਤਾਂ ਦੇ ਸਭ ਤੋਂ ਵੱਡਾ ਗਿਫਟ ਤੋਂ ਵੀ ਜ਼ਿਆਦਾ ਮੇਰੇ ਦੋਸਤਾਂ ਦੇ ਆਇਆ ਹੋਇਆ ਪਿਆਰ ਉਹਨਾਂ ਵੱਲੋਂ ਜਿਹੜਾ ਮੇਰੇ ਮਿੰਦੀ ਮਹਿਰੂ ਨੂੰ ਟੱਚ ਕੀਤਾ ਵਾ ਮੈਂ ਅਰਦਾਸ ਕਰੀਂ ਲਿਪਰ ਗਦਿਆ ਕਿ ਪ੍ਰਮਾਤਮਾ ਤੁਹਾਡੇ ਰਸਤੇ ਚ ਕਦੀ ਕੋਈ ਮੁਸੀਬਤ ਨਾ ਪਾਵੇ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹੋ ਤੇ ਖੁਸ਼ ਰਹੋ ਹਮੇਸ਼ਾ ਆਬਾਦ ਰਹੋ ਤੇ ਤੁਹਾਡੇ ਪਰਿਵਾਰ ਪੂਰੀ ਤਰ੍ਹਾਂ ਖੁਸ਼ ਹਮੇਸ਼ਾ ਹੀ ਤੇ ਅਡੇ ਨਾਲ ਅਸੀਂ ਤੁਹਾਡੀਆਂ ਦੁਆਵਾਂ ਨਾਲ ਤੁਸੀਂ ਸਾਡੀਆਂ ਦੁਆਵਾਂ ਨਾਲ ਹਮੇਸ਼ਾ ਖੁਸ਼ ਰਹੋ ਇੱਕ ਦੂਸਰੇ ਨੂੰ ਆਪਾਂ ਪਰਮਾਤਮ ਦੇ ਕੋਲੋਂ ਆ ਇੱਕ ਦੂਸਰੇ ਦੀ ਪ੍ਰੇਅਰ ਕਰਦੇ ਰਹੀਏ ਕਿ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਮਤਲਬ ਕਿ ਆਪਣੇ ਦੁਸ਼ਮਣਾਂ ਦੀਆਂ ਵੀ ਤੇ ਮਿੱਤਰਾਂ ਦੀਆਂ ਵੀ ਪ੍ਰੇਅਰ ਹਰ ਇੱਕ ਦੀ ਕਰੀਏ ਕਿ ਪਰਮਾਤਮਾ ਇਸ ਸਾਰੀ ਦੁਨੀਆ ਨੂੰ ਹੀ ਖੁਸ਼ ਰੱਖੇ ਹਾ ਨਾ ਕਿਸੇ ਨੂੰ ਸਾਡੇ ਸਾਹਮਣੇ ਕੋਈ ਮਤਲਬ ਕਿ ਕਿਸੇ ਰਾ ਕੁਝ ਦਾ ਬੁਰਾ ਨਾ ਕਦੀ ਵੀ ਹੋਵੇ ਤੇ ਚੰਗਾ